सतनाम करता पुरख निर्भो निर्वैर अकाल मूरत अजूनी सैभं गुर प्रसाद हे प्राणनाथ गोविंदे कृपा निधान जगद गुरु हे संसार ताप हरने करुणा महे सब दुख हरो हे शरण जोग दयाले दीनानाथ मया करो शरीर स्वस्थ खीण समय सिमरंत नानक राम दामोदर माधवे। परम सन्मान योग गुरु रूप सात संगत जीओ, सब तो पहला गुरुदेव की सनी मरफते प्रवान करो जी। वाहिगुरु जी का खालसा वाहिगुरू जी की फतेह। आप सारे वड्डे भागां वाले हो, गुरु ग्रंथ साहिब जी महाराज दीन दुनी दे मालक मेरे सतगुरु जी दी पवित्र पावन हजूरी अंदर जुड़ बैठ के गुरबाणी दा इलाही कीर्तन श्रवण कर रहे हो। वडभागी साध संग प्राप्त तिन भेटत दुरमत खोई। सतगुरु सचे पातशाह जी कह रहे ने साध संगत करना ही वड्डे भागां दी निशानी। जो कुछ भी मनुखां नूं प्राणियां नूं प्राप्त होया है वड्डे भागां दे नाल ही प्राप्त होया है। भागां रूपी भांडा जिस व्यक्ति दे कोल है मालक दात पा दिंदा है। जिस कोल भांडा ही नहीं है फिर दात किस विच पावे। हमेशा भागां रूपी भांडे विच दात पैंदी। ये भागां रूपी भांडा हासिल करना पैंदा है सतसंग कर करके, नाम जप जप के, साध संग कर करके, चंगे पुरशां दी संगत कर करके, अच्छे विचारां नाल जुड़ जुड़ के अपने भाग वड्डे करने पैंदे ने। वड्डे भाग दा मतलब है एकाग्रता, मन दा एकाग्र होना। एकाग्रता जद बनती है भाग वड्डे होंदे ने। इहनू पंजाबी च कहिंदे ने सुते भागां नूं जगाना। साडे भाग वड्डे हन इह किस तरह पता चलेगा, सानू किस तरह खबर लगेगी कि साडे भाग वड्डे ने जां भाग सुते पए ने। सत संगत करन नाल, रब दी कीर्ति करन दे नाल सुत्यां नूं जगाया जांदा। सिमर सिमर गुरु सतगुर अपना सोया मन जागाई। सुते हुए मन नूं जगाना है, सुते हुए भागां नूं जगाना है। जद भी किसे नूं जगाना होवे कुछ प्रक्रिया इस्तेमाल करनी पैंदी, आवाज़ देनी पैंदी, शोर मचाना पैंदा है, खड़ाक करना पैंदा है। बिना खड़ाक तों, बिना टकराव तों, बिना आवाज़ तों जाग नहीं आती। कीर्तन की है आवाज़, कीर्तन की है आवाज़। इस आवाज़ दे नाल सुते हुए नूं जगाना है। रब नूं नहीं सुनाना कि मैं वाहिगुरू वाहिगुरू कहांगा ते रब सुनेंगे। वाहिगुरू वाहिगुरू इसलिए कहांगा कि मेरा मन सुनेगा। जे मेरा मन नहीं सुन रहा तो मैं होर जोर नाल कहां। जे एक आवाज़ मारन नाल नहीं जागया दूजी मारनी पैनी।
ਦੂਜੀ ਨਾਲ ਵੀ ਨਹੀਂ ਜਾ ਗਿਆ, ਤੀਜੀ ਮਾਰਨੀ ਪੈਣੀ। ਹੋਰ ਤਾਂ ਕੋਈ ਤਰੀਕਾ ਨਹੀਂ ਮਨੁੱਖ ਕੋਲ ਜਗਾਉਣ ਲਈ। ਤੀਜੀ ਨਾਲ ਵੀ ਨਹੀਂ ਜਾ ਗਿਆ ਤਾਂ ਚੌਥੀ ਮਾਰਨੀ ਪੈਣੀ। ਵਾਹਿਗੁਰੂ 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 ਵਾਹਿਗੁਰੂ, ਕਿਉਂ? ਮਨ ਤੂੰ ਜੋਤ ਸਰੂਪ ਹੈ, ਮਨ ਵੀ ਪਰਮਾਤਮਾ ਦਾ ਰੂਪ ਹੈ। ਆਵਾਜ਼ ਮਾਰ ਕੇ ਇਸ ਨੂੰ ਜਗਾਉਣਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿੰਨੀ ਦੇਰ ਨਹੀਂ ਜਾਗਦਾ ਉਨੀ ਦੇਰ ਤੱਕ ਆਵਾਜ਼ ਨਾ ਬੰਦ ਕਰੀ। ਰੋਜ਼ ਦੀ ਆਦਤ ਪਾ ਲੈ, ਤੂੰ ਸੌਣੋਂ ਨਹੀਂ ਹਟਦਾ ਅਤੇ ਮੈਂ ਤੈਨੂੰ ਜਗਾਉਣ ਤੋਂ ਨਹੀਂ ਹਟਦਾ। ਬਸ ਇੰਨੀ ਗੱਲ, ਸਿਮਰਨ ਕਰਨ ਦਾ ਮਤਲਬ ਇਹ। ਅਤੇ ਜਦ ਜਾਗ ਜਾਵੇ ਮਨ, ਫਿਰ ਤਾਂ ਕੁਛ ਵੀ ਕਰਨ ਦੀ ਜ਼ਰੂਰਤ ਨਹੀਂ, ਫਿਰ ਤਾਂ ਮਨ ਆਪੇ ਕਰ ਲਊਗਾ ਸਭ ਕੁਛ। ਜਾਗ ਜਾਵੇ, ਜਿਤਨਾ ਜਾਗ ਜਾਂਦਾ ਹੈ, ਫਿਰ ਤਾਂ ਸਾਡਾ ਸਰੀਰ ਵੀ ਲਜ਼ਾਰ ਹੋਵੇ ਨਾ ਤਾਂ ਵੀ ਖਿੱਚ ਕੇ ਲੈ ਜਾਏਗਾ। ਸਰੀਰ ਵੀ ਕਮਜ਼ੋਰ ਹੋਵੇ, ਨਾ ਜਾਣ ਦੀ ਹਾਲਤ ਵਿੱਚ ਹੋਵੇ, ਮਨ ਜਾਗਿਆ ਹੋਵੇ ਤਦ ਵੀ ਲੈ ਜਾਏਗਾ ਖਿੱਚ ਕੇ। ਜਿਹੜਾ ਸਤਸੰਗ ਕਰ ਰਿਹਾ ਉਹਨੂੰ ਸਤਸੰਗੀ ਕਹਿੰਦੇ ਨੇ, ਅਤੇ ਜੋ ਸਤਸੰਗ ਕਰਨ ਦੇ ਵਿੱਚ ਸਫਲ ਹੋ ਗਿਆ ਉਹਨੂੰ ਜਗਿਆਸੂ ਕਹਿੰਦੇ ਨੇ। ਜੋ ਜਗਿਆਸਾ ਕਰਨ ਵਿੱਚ ਸਫਲ ਹੋ ਗਿਆ ਉਹਨਾਂ ਨੂੰ ਪ੍ਰੇਮੀ ਕਹਿੰਦੇ ਨੇ। ਜੋ ਪ੍ਰੇਮ ਕਰਨ ਵਿੱਚ ਸਫਲ ਹੋ ਗਿਆ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ, ਉਹਨੂੰ ਭਗਤ ਕਹਿੰਦੇ ਨੇ। ਉਸ ਨੂੰ ਸੰਤ ਕਹਿੰਦੇ ਨੇ, ਉਸ ਨੂੰ ਭਗਤ ਕਹਿੰਦੇ ਨੇ, ਉਸ ਨੂੰ ਰੱਬ ਰੂਪ ਕਹਿੰਦੇ ਨੇ। ਬਸ ਇੰਨੀ ਗੱਲ, ਸਤਸੰਗ ਵਿੱਚ ਸਫਲ ਹੋ ਜਾਏ ਜਗਿਆਸੂ ਬਣਦਾ। ਜਗਿਆਸੂ ਕਦ ਬਣਦਾ? ਜਦ ਸੁੱਤਾ ਹੋਇਆ ਮਨ ਜਾਗ ਜਾਏ। ਕਿਸ ਲਈ ਜਾਗ ਜਾਏ? ਜਦੋਂ ਇਹ ਜਾਗ ਜਾਏਗਾ ਉਦੋਂ ਹੀ ਇਸ ਦੇ ਅੰਦਰ ਮਿਲਣ ਦੀ ਉਮੰਗ ਪੈਦਾ ਹੋਏਗੀ, ਵਰਨਾ ਨਹੀਂ ਹੋਏਗੀ। ਸੁੱਤੇ ਹੋਏ ਬੰਦੇ ਨੂੰ ਕੀ ਪਤਾ ਕੌਣ ਮੇਰੇ ਸਿਰਹਾਣੇ ਖੜ੍ਹਾ ਹੈ, ਕੌਣ ਮੇਰੇ ਪੈਂਦੀ ਖੜ੍ਹਾ ਹੈ, ਕੌਣ ਮੇਰੇ ਇਰਦ ਗਿਰਦ ਖੜ੍ਹਾ ਹੈ, ਕੌਣ ਮੇਰੇ ਕੋਲੋਂ ਦੀ ਗੁਜ਼ਰ ਗਿਆ, ਕੋਈ ਹੈ ਵੀ ਹੈ ਜਾਂ ਨਹੀਂ ਵੀ ਹੈ, ਕੋਈ ਆਇਆ ਵੀ ਹੈ ਜਾਂ ਨਹੀਂ ਵੀ ਆਇਆ। ਸੁੱਤੇ ਬੰਦੇ ਨੂੰ ਕੀ ਪਤਾ, ਸੁੱਤਾ ਮਰਿਆ ਇੱਕ ਸਮਾਨ ਹੁੰਦਾ। ਨੀਂਦ ਛੋਟੀ ਮੌਤ ਹੁੰਦੀ ਹੈ, ਵੱਡੀ ਮੌਤ ਵੱਡੀ ਮੌਤ ਹੁੰਦੀ। ਵੱਡੀ ਮੌਤ ਵਿੱਚ ਦੁਬਾਰੇ ਜਾਗਣ ਦੀ ਆਸ਼ਾ ਨਹੀਂ ਹੁੰਦੀ, ਨੀਂਦ ਵਿੱਚ ਦੁਬਾਰੇ ਜਾਗਣ ਦੀ ਆਸ਼ਾ ਹੁੰਦੀ ਹੈ। ਬਸ ਇਤਨਾ ਫਰਕ ਹੈ। ਗੁਰੂ ਜੀ ਸਿਖਾਉਂਦੇ ਨੇ ਇਹ ਬਾਣੀ ਸਾਰੀ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਦਿੱਤੀ ਹੈ, ਸਾਰੀ ਦੀ ਸਾਰੀ ਬਾਣੀ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਗੁਰਦੇਵ ਨੇ ਸਾਨੂੰ ਬਖਸ਼ੀ। ਸਾਰੀ ਬਾਣੀ ਮਨ ਨੂੰ ਜਗਾਉਣ ਵਾਸਤੇ, ਇਹ ਕੀਰਤਨ ਜੋ ਆਪ ਸਰਵਣ ਕਰ ਰਹੇ ਸੋ ਇਹ ਸਾਰੇ ਦਾ ਸਾਰਾ ਮਨ ਨੂੰ ਜਗਾਉਣ ਵਾਸਤੇ ਹੈ। ਅਤੇ ਕੀਰਤਨ ਸੁਣ ਕੇ, ਆਵਾਜ਼ ਸੁਣ ਕੇ, ਖੜਾਕ ਸੁਣ ਕੇ ਇਹ ਸੁੱਤਾ ਮਨ ਜਦ ਜਾਗਣਾ ਸ਼ੁਰੂ ਹੋ ਜਾਂਦਾ ਹੈ ਉਦੋਂ ਇਸ ਦੇ ਅੰਦਰ ਰਸ ਟਪਕਣਾ ਸ਼ੁਰੂ ਹੋ ਜਾਂਦਾ। ਜਿੰਨਾ ਇਕਾਗਰ ਹੁੰਦਾ ਜਾਏਗਾ ਉਨਾ ਰਸ ਭਿੰਨਾ, ਕੀਰਤਨ ਉਤਨਾ ਹੀ ਸਵਾਦੀ ਹੋ ਜਾਏਗਾ, ਗੁਰਬਾਣੀ ਦਾ ਪਾਠ ਉਨਾ ਹੀ ਸਵਾਦੀ ਹੋ ਜਾਏਗਾ। ਕੋਈ ਵੀ ਕਰ ਰਿਹਾ ਹੋਵੇ ਤੁਹਾਨੂੰ ਰਸ ਆਉਣਾ ਸ਼ੁਰੂ ਹੋ ਜਾਏਗਾ, ਤੁਹਾਨੂੰ ਆਨੰਦ ਆਉਣਾ ਸ਼ੁਰੂ ਹੋ ਜਾਏਗਾ। ਜਿਤਨਾ ਮਨ ਜਾਗਦਾ ਜਾਏਗਾ ਉਨਾ ਇਕਾਗਰ ਹੁੰਦਾ ਜਾਏਗਾ। ਜਾਗੇਗਾ ਤਾਂ ਜੁੜੇਗਾ, ਜਾਗੇਗਾ ਇਹਨੇ ਤਾਂ ਜੁੜੇਗਾ ਕਿਵੇਂ, ਜੁੜੇਗਾ ਤਾਂ ਇਕਾਗਰ ਹੋਏਗਾ, ਜੁੜੇਗਾ ਇਹਦੀ ਤਾਂ ਇਕਾਗਰ ਕਿਸ ਤਰ੍ਹਾਂ ਹੋਏਗਾ। ਸਤਿਗੁਰੂ ਕਹਿ ਰਹੇ ਨੇ ਜਦੋਂ ਇਕਾਗਰ ਹੋ ਗਿਆ ਭਾਗ ਤੁਹਾਨੂੰ ਪ੍ਰਾਪਤ ਹੋ ਗਿਆ। ਵੱਡਾ ਭਾਗ, ਇੱਕ ਹੁੰਦਾ ਭਾਗ, ਇੱਕ ਹੁੰਦਾ ਵੱਡਾ ਭਾਗ, ਅਤੇ ਇੱਕ ਹੁੰਦਾ ਮੰਦੇ ਭਾਗ। ਮੰਦ ਭਾਗੀ ਤੇਰੋ ਦਰਸ਼ਨ ਨਾਹੀਂ। ਜਿੰਨਾ ਮਰਜ਼ੀ ਵੱਡਾ ਅਮੀਰ ਹੋਵੇ, ਜਿੰਨਾ ਮਰਜ਼ੀ ਵੱਡਾ ਵਿਦਵਾਨ ਹੋਵੇ, ਜਿੰਨਾ ਮਰਜ਼ੀ ਵੱਡਾ ਸਾਇੰਟਿਸਟ ਹੋਵੇ, ਮੰਦ ਭਾਗੀ ਤੇਰੋ ਦਰਸ਼ਨ ਨਾ ਹੈ, ਪਰਮਾਤਮਾ ਦਾ ਦੀਦਾਰ ਨਹੀਂ, ਗੁਰੂ ਦਾ ਦੀਦਾਰ ਨਹੀਂ। ਗੁਰਦੇਵ ਪਾਤਸ਼ਾਹ ਕਹਿ ਰਹੇ ਨੇ ਛੋਟਾ ਭਾਗ ਹੈ, ਪ੍ਰਯਾਸ ਕਰਕੇ ਵੱਡਾ ਕੀਤਾ ਜਾ ਸਕਦਾ, ਸੁੱਤੇ ਭਾਗ ਨੂੰ ਪ੍ਰਯਾਸ ਕਰਕੇ ਜਗਾਇਆ ਜਾ ਸਕਦਾ ਹੈ, ਪਰ ਮੰਦੇ ਭਾਗੀ ਕੁਛ ਨਹੀਂ ਮਿਲਦਾ। ਇਸ ਤੋਂ ਬਚਣਾ ਹੈ, ਮੰਦਾ ਭਾਗ ਨਾ ਹੋ ਜਾਏ, ਮਹਾਰਾਜ ਕਹਿ ਰਹੇ ਨੇ। ਤੋ ਸਤਿਗੁਰੂ ਸਾਨੂੰ ਇੰਜ ਪ੍ਰੇਰਨਾ ਕਰ ਰਹੇ ਹਨ ਆਪਣੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ। ਆਪ ਕੀਰਤਨ ਸਰਵਣ ਕਰ ਰਹੇ ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਜੁੜ ਬੈਠ ਕੇ, ਹਜ਼ੂਰੀ ਰਾਗੀ ਜਥੇ ਪਾਸੋਂ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਬਹੁਤ ਸੋਹਣੇ ਢੰਗ ਨਾਲ ਆਪ ਜੀ ਨੂੰ
ਵਾਹਿਗੁਰੂ ਮੰਤਰ ਦਾ ਜਾਪ ਵੀ ਕਰਵਾ ਰਹੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀ ਮਹਾਨ ਬਖਸ਼ਿਸ਼ ਕੀਤੀ ਹੈ। ਸੋ ਨਵੇਂ ਸਾਲ ਦੀ ਆਰੰਭਤਾ ਹੋਣ ਜਾ ਰਹੀ ਹੈ। ਜਗਤ ਦੀ ਬੋਲ ਬਾਣੀ ਅਨੁਸਾਰ, ਸੰਸਾਰ ਦੀ ਭਾਸ਼ਾ ਦੇ ਮੁਤਾਬਕ, ਧਾਰਮਿਕ ਮਰਿਆਦਾ ਦੇ ਮੁਤਾਬਕ ਨਹੀਂ, ਸੰਸਾਰ ਦੀ ਮਨੋਤ ਦੇ ਮੁਤਾਬਕ ਨਵੇਂ ਸਾਲ ਦੀ ਆਰੰਭਤਾ ਹੋਣ ਜਾ ਰਹੀ ਹੈ। ਚੰਦ ਮਿੰਟਾਂ ਲਈ ਆਪਾਂ ਇਹਦੀ ਵਿਚਾਰ ਗੁਰਬਾਣੀ ਦੇ ਦੁਆਰਾ ਸਿੱਧ ਕਰਕੇ ਔਰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਹਦੇ ਵਿੱਚੋਂ ਸਾਨੂੰ ਕੁਝ ਲਾਭ ਪ੍ਰਾਪਤ ਹੋ ਸਕੇ। ਆਉਣ ਵਾਲੇ ਸਮੇਂ ਦੀ ਸੰਭਾਲ ਜੋ ਹੈ ਅਸੀਂ ਕਰ ਸਕੀਏ। ਆਓ ਮਨੋਵਿਰਤੀਆਂ ਨੂੰ ਇਕਾਗਰ ਕਰਕੇ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਸਤਿਗੁਰੂ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਗੁਰਬਾਣੀ, ਸ੍ਰੀ ਆਸਾ ਜੀ ਕੀ ਵਾਰ, ਜਿਹਦੀ ਲੜੀਵਾਰ ਕਥਾ ਰੋਜ਼ਾਨਾ ਚੱਲ ਰਹੀ ਹੈ, ਲੜੀ ਅਨੁਸਾਰ ਇਹ ਪੰਜਵੀਂ ਪੌੜੀ ਹੈ, ਪੰਜਵਾਂ ਸਲੋਕ ਹੈ। ਆਪਾਂ ਇਹਦੀ ਵਿਚਾਰ ਸਾਂਝੀ ਕਰਾਂਗੇ। ਇਹਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਸਾਨੂੰ ਕਿਰਪਾ ਕਰਕੇ ਸਮਝਾ ਰਹੇ ਨੇ। ਸਲੋਕ ਮਹੱਲਾ ਪਹਿਲਾ। ਸਲੋਕ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਛੰਦ ਹੈ, ਜਿਹਨੂੰ ਛੱਕਾ ਕਹਿੰਦੇ ਹਾਂ ਅਸੀਂ। 24 ਸਲੋਕ ਨੇ, 24 ਛੰਦ ਨੇ। ਹਰ ਸਲੋਕ ਤੋਂ ਪਹਿਲਾਂ ਛੰਦ ਗਾਇਨ ਕਰਦੇ ਨੇ ਰਾਗੀ ਸਿੰਘ। ਉਸ ਛੰਦ ਵਿੱਚ ਗੁਰਦੇਵ ਪਾਤਸ਼ਾਹ ਕਹਿ ਰਹੇ ਨੇ, ਆਸਾ ਮਹੱਲਾ ਚੌਥਾ, ਗੁਰਮੁਖ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਧਾ ਰਾਮ ਰਾਜੇ। ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਦੇ ਰਾਹੀਂ, ਗੁਰੂ ਦੇ ਜ਼ਰੀਏ, ਗੁਰੂ ਦੇ ਸਹਿਯੋਗ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ ਮੈਂ ਉਸ ਪਰਮਾਤਮਾ ਦੀ ਢੂੰਡ ਸ਼ੁਰੂ ਕਰ ਦਿੱਤੀ, ਭਾਲ ਸ਼ੁਰੂ ਕਰ ਦਿੱਤੀ। ਗੁਰੂ ਦੇ ਰਾਹੀਂ, ਗੁਰੂ ਦੇ ਮੁਤਾਬਕ ਮੈਂ ਲੱਭਣਾ ਸ਼ੁਰੂ ਕੀਤਾ ਤਾਂ ਉਹ ਸੱਜਣ ਜਿਹੜਾ ਪ੍ਰੀਤਮ ਪਿਆਰਾ ਮੈਨੂੰ ਲੱਭ ਗਿਆ। ਗੁਰਮੁਖ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਧਾ ਰਾਮ ਰਾਜੇ। ਕੰਚਨ ਕਾਇਆ ਕੋਟ ਗੜ੍ਹ ਵਿੱਚ ਹਰ ਹਰ ਸਿੱਧਾ, ਮੈਂ ਕੀ ਦੇਖਿਆ, ਮੇਰੀ ਜਿਹੜੀ ਕਾਇਆ ਹੈ ਉਹ ਕੰਚਨ ਵਰਗੀ ਹੋ ਗਈ, ਸੋਨੇ ਵਰਗੀ ਹੋ ਗਈ। ਕਿਉਂ? ਵਿੱਚ ਹਰ ਹਰ ਸਿੱਧਾ, ਉਹ ਸੱਜਣ ਪਿਆਰਾ ਪ੍ਰੀਤਮ ਪ੍ਰਭੂ ਪਰਮੇਸ਼ਵਰ ਮੇਰਾ ਵਾਹਿਗੁਰੂ ਮੇਰੀ ਇਸ ਕਾਇਆ ਰੂਪੀ ਕੰਚਨ ਦੇ ਅੰਦਰ ਹੀ ਬਿਰਾਜਮਾਨ ਹੈ। ਇਸ ਕਾਇਆ ਦੇ ਅੰਦਰ ਹੀ ਉਸਨੇ ਆਪਣਾ ਟਿਕਾਣਾ ਬਣਾਇਆ ਹੋਇਆ, ਮੇਰੇ ਅੰਦਰ ਹੀ ਉਹ ਰਹਿ ਰਿਹਾ ਔਰ ਅੰਦਰੋਂ ਹੀ ਮੈਨੂੰ ਲੱਭਿਆ। ਅਤੇ ਜਿਉਂ ਹੀ ਮੈਨੂੰ ਲੱਭਿਆ ਉਹ, ਤਾਂ ਮੈਂ ਕੀ ਦੇਖਦਾ ਕਿ ਮੇਰੀ ਕਾਇਆ ਹੀ ਕੰਚਨ ਵਰਗੀ ਹੋ ਗਈ। ਕੰਚਨ ਦਾ ਮਤਲਬ ਸੋਨਾ, ਔਰ ਸੋਨਾ ਦਾ ਮਤਲਬ ਕੀਮਤ ਨਹੀਂ ਹੈ। ਸੋਨੇ ਦਾ ਮਤਲਬ ਸਾਰੀਆਂ ਧਾਤੂਆਂ ਵਿੱਚੋਂ ਪਵਿੱਤਰ ਧਾਤੂ, ਸ਼ੁੱਧ ਧਾਤੂ ਸੋਨੇ ਨੂੰ ਮੰਨਿਆ ਗਿਆ, ਪਵਿੱਤਰਤਾ। ਸੋਨੇ ਦਾ ਮਤਲਬ ਪਵਿੱਤਰ, ਮੇਰੀ ਕਾਇਆ ਪਵਿੱਤਰ ਹੋ ਗਈ, ਸੋਨੇ ਵਾਂਗ ਸ਼ੁੱਧ ਹੋ ਗਈ। ਵਿੱਚ ਹਰ ਹਰ ਸਿੱਧਾ, ਮੈਂ ਅੰਦਰ ਹਰੀ ਪ੍ਰਭੂ ਪਰਮਾਤਮਾ ਨੂੰ ਅੰਦਰੋਂ ਹੀ ਲੱਭਿਆ, ਅੰਦਰੋਂ ਹੀ ਉਹ ਮੈਨੂੰ ਮਿਲਿਆ। ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿੱਧਾ, ਪਰਮਾਤਮਾ ਦਾ ਨਾਮ, ਹਰੀ ਪ੍ਰਭੂ ਪ੍ਰਭੂ ਦਾ ਨਾਮ ਬੜਾ ਕੀਮਤੀ ਰਤਨ ਹੈ। ਉਸ ਨਾਮ ਰੂਪੀ ਰਤਨ ਦੇ ਅੰਦਰ ਮੇਰਾ ਮਨ ਤਨ ਵਿੱਧਾ, ਮੇਰਾ ਮਨ ਔਰ ਤਨ ਜਿਹੜਾ ਨਾ ਉਹਦੇ ਅੰਦਰ ਵਿਨਿਆ ਗਿਆ, ਪਰੋਇਆ ਗਿਆ ਮਨ ਔਰ ਤਨ। ਤਾਂ ਕੀ ਹੋਇਆ, ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁੱਧਾ। ਤੁਰ ਭਾਗ ਵੱਡੇ ਹਰ ਪਾਇਆ, ਭਾਗ ਵੱਡੇ ਹੋ ਗਏ, ਉਸ ਹਰੀ ਦੀ ਮੈਨੂੰ ਪ੍ਰਾਪਤੀ ਹੋ ਗਈ। ਨਾਨਕ ਰਸ ਗੁੱਧਾ, ਕਹਿਣ ਵਾਲਾ ਤੇ ਨਾਨਕ, ਹੁਣ ਨਾਮ ਦੇ ਰਸ ਵਿੱਚ ਹੀ ਮੈਂ ਗੁੱਧਾ ਗਿਆ, ਭਿੱਜ ਗਿਆ, ਨਾਮ ਦੇ ਵਿੱਚ ਹੀ ਲੀਨ ਹੋ ਗਿਆ, ਡੁੱਬ ਗਿਆ, ਮਗਨ ਹੋ ਗਿਆ, ਮਸਤ ਹੋ ਗਿਆ। ਨਾਨਕ ਰਸ ਗੁੱਧਾ। ਹੁਣ ਸਤਿਗੁਰੂ ਜੀ ਕੁਝ ਸਮੇਂ ਦੀ ਵੰਡ ਦੀ ਗੱਲ ਕਰਦੇ ਨੇ, ਆਪਾਂ ਸਮੇਂ ਦੀ ਵੰਡ ਜਿਵੇਂ ਸਮਝਾਉਂਦੇ ਨੇ। ਸਲੋਕ ਮਹੱਲਾ ਪਹਿਲਾ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਵੈਸੰਤਰ, ਚੰਦ ਸੂਰਜ ਅਵਤਾਰ,
ਸਗਲੀ ਧਰਤੀ ਮਾਲ ਤਹਨ ਵਰਤਣ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾ। ਸਤਿਗੁਰੂ ਕਹਿ ਰਹੇ ਨੇ ਜਿਹੜਾ ਸੂਰਜ ਹੈ ਸਾਰੇ ਜਗਤ ਨੂੰ ਚਾਨਣਾ ਦਿੰਦਾ, ਸਾਰੇ ਜਗਤ ਨੂੰ ਚਾਨਣਾ ਦਿੰਦਾ ਹੈ। ਤੋਂ ਬਹੁਤ ਸਾਰੇ ਭੁੱਲੜ ਵੀਰ ਉਹ ਸੂਰਜ ਦੀ ਪੂਜਾ ਦੇ ਵਿੱਚ ਲੱਗ ਗਏ। ਉਹ ਇਹ ਗੱਲ ਸਮਝ ਨਹੀਂ ਪਾਏ ਵੀ ਇਸ ਤੋਂ ਅੱਗੇ ਵੀ ਸੋਚ ਚੱਲੇ ਕਿ ਸੂਰਜ ਨੂੰ ਚਾਨਣਾ ਕੌਣ ਦਿੰਦਾ, ਇਹ ਕਿੱਥੋਂ ਲਿਆਉਂਦਾ ਹੈ, ਸੂਰਜ ਨੂੰ ਚਾਨਣਾ ਕਿਸ ਨੇ ਦਿੱਤਾ, ਸੂਰਜ ਨੂੰ ਰੋਸ਼ਨੀ ਕਿਸ ਨੇ ਦਿੱਤੀ, ਸੂਰਜ ਦਾ ਜਨਮ ਕਿਸ ਨੇ, ਇਸ ਨੂੰ ਜਨਮ ਕਿਸ ਨੇ ਦਿੱਤਾ, ਇਸ ਸੂਰਜ ਨੂੰ ਪੈਦਾ ਕਿਸ ਨੇ ਕੀਤਾ। ਜਿਹੜੇ ਕਰਮ ਕਾਂਡੀ ਨੇ ਉਹ ਕੇਵਲ ਸੂਰਜ ਨੂੰ ਪੂਜਦੇ ਨੇ ਅਤੇ ਜਿਹੜੇ ਜਗਿਆਸੂ ਨੇ ਉਹ ਸੂਰਜ ਨੂੰ ਪੈਦਾ ਕਰਨ ਵਾਲੇ ਨੂੰ ਪੂਜਦੇ ਨੇ, ਸੂਰਜ ਨੂੰ ਜਨਮ ਦੇਣ ਵਾਲੇ ਨੂੰ ਪੂਜਦੇ ਨੇ, ਸੂਰਜ ਵਿੱਚ ਪ੍ਰਕਾਸ਼ ਪਾਉਣ ਵਾਲੇ ਨੂੰ ਪੂਜਦੇ ਨੇ। ਫਰਕ ਸਿਰਫ ਇਤਨਾ ਹੈ। ਇੱਕ ਵੀਰ ਮੇਰੇ ਕੋਲ ਗੱਡੀ ਲੈ ਕੇ ਆਇਆ, ਕਾਰ ਰੱਬ ਨੇ ਬਖਸ਼ੀ ਉਹਨੂੰ, ਕਹਿੰਦਾ ਗਿਆਨੀ ਜੀ ਅਰਦਾਸ ਕਰਨੀ ਹੈ। ਮੈਂ ਕਿਹਾ ਜੀ ਕਰ ਦਿਆਂਗੇ। ਕਹਿੰਦਾ ਜੀ ਕਾਰ ਮੇਰੀ ਉਹ ਬਾਹਰ ਖੜ੍ਹੀ ਹੈ। ਮੈਂ ਕਿਹਾ ਜੀ ਅਰਦਾਸ ਅੰਦਰ ਕਰਾਂਗੇ। ਕਹਿੰਦਾ ਨਹੀਂ ਜੀ ਉਸ ਕਾਰ 'ਤੇ ਹੀ, ਕਾਰ ਦੇ ਸਾਹਮਣੇ ਹੀ ਮੇਰੀ ਅਰਦਾਸ ਕਰੋ। ਮੈਂ ਕਿਹਾ ਹੁਣ ਮੈਂ ਪੂਜਾ ਕਾਰ ਦੀ ਕਰਾਂ ਜਾਂ ਜਿਸ ਨੇ ਦਿੱਤੀ ਹੈ ਉਸ ਦੀ ਕਰਾਂ। ਹਾਂਜੀ ਵੀ ਜਿਹੜੇ ਕਰਮ ਕਾਂਡੀ ਨੇ, ਮੈਂ ਨਹੀਂ ਕਹਿੰਦਾ ਪੰਡਿਤ ਲੋਕ ਗਲਤ ਨੇ, ਜਿਹੜੇ ਜਗਿਆਸੂ ਨੇ ਉਹ ਗੱਲ ਸਮਝਣਗੇ। ਮੈਂ ਕਿਹਾ ਹੁਣ ਵੀਰ ਮੈਨੂੰ ਇਹ ਦੱਸ, ਪੂਜਾ ਮੈਂ ਕਾਰ ਦੀ ਕਰਾਂ ਜਾਂ ਜਿਸ ਨੇ ਦਿੱਤੀ ਹੈ, ਥੈਂਕ ਯੂ ਕਿਸ ਦਾ ਕਰਾਂ ਮੈਂ, ਸ਼ੁਕਰਾਨਾ ਕਿਸ ਦਾ ਕਰਾਂ, ਜਿਸ ਮਾਲਕ ਨੇ ਦਿੱਤੀ ਹੈ ਉਹਦਾ ਸ਼ੁਕਰਾਨਾ ਕਰਾਂ ਜਾਂ ਕਾਰ ਦਾ ਸ਼ੁਕਰਾਨਾ ਕਰਾਂ ਵੀ ਤੂੰ ਚੱਲ ਕੇ ਇਤਨ ਤੱਕ ਆ ਗਈ ਹੈ, ਤੇਰਾ ਥੈਂਕ ਯੂ। ਉਹਨੂੰ ਗੱਲ ਸਮਝ ਆ ਗਈ, ਕਹਿੰਦੇ ਜਿੱਥੇ ਤੁਹਾਡਾ ਦਿਲ ਕਰਦਾ ਉੱਥੇ ਕਰੋ। ਮੈਂ ਕਿਹਾ ਆਓ ਫਿਰ, ਜਿਸ ਨੇ ਤੈਨੂੰ ਕਾਰ ਦਿੱਤੀ ਹੈ ਨਾ, ਮੈਂ ਉਸ ਦਾ ਥੈਂਕ ਯੂ ਕਰਦਾ, ਉਹਦਾ ਧੰਨਵਾਦ ਕਰਦਾ, ਅਤੇ ਤੂੰ ਉਸ ਕੋਲ ਅਸੀਸ ਲੈ ਲਵੀਂ, ਉਹ ਤੇਰੇ ਅੰਗ ਸੰਗ ਸਹਾਈ ਹੋਵੇਗਾ, ਇਹ ਕਾਰ ਸੁਖਦਾਈ ਹੋਵੇਗੀ ਸਾਰੇ ਪਰਿਵਾਰ ਨੂੰ। ਇੱਥੇ ਅਰਦਾਸ ਕੀਤੀ, ਮਨ ਖੁਸ਼ ਹੋ ਗਿਆ। ਗੱਲ ਸਿਰਫ ਸਮਝਣ ਦੀ ਹੈ, ਪੂਜਾ ਸੂਰਜ ਦੀ ਕਰਨੀ ਹੈ ਜਾਂ ਸੂਰਜ ਨੂੰ ਜਨਮ ਦੇਣ ਵਾਲੇ ਦੀ ਕਰਨੀ। ਸੂਰਜ ਵਿੱਚ ਚਾਨਣਾ ਹੈ, ਕਿਰਨਾ ਸੂਰਜ ਦਿੰਦਾ ਹੈ, ਕੋਈ ਸੂਰਜ ਸਾਡਾ ਦੁਸ਼ਮਣ ਨਹੀਂ ਹੈ, ਸਹਾਇਕ ਹੈ, ਰੱਬ ਦੀ ਇੱਕ ਪੈਦਾ ਕੀਤੀ ਹੋਈ ਹਸਤੀ ਹੈ, ਇੱਕ ਸ਼ਕਤੀ ਹੈ, ਔਰ ਰੱਬ ਦੇ ਰਜ਼ਾ ਵਿੱਚ ਰਹਿਣ ਵਾਸਤੇ ਰੱਬ ਦੇ ਹੁਕਮ ਵਿੱਚ ਚੱਲਦਾ ਹੈ। ਸੂਰਜ ਜਿਸ ਦੇ ਹੁਕਮ ਵਿੱਚ ਚੱਲਦਾ ਹੈ, ਜਗਿਆਸੂ ਉਸ ਦੀ ਪੂਜਾ ਕਰਦੇ ਨੇ। ਮਹਾਰਾਜ ਕਰਨ ਕਹੋ ਕਰੋੜੀ ਚਲਤ ਨਾ ਅੰਤ, ਕਿਤਨਾ ਚੱਲਦਾ ਹੈ ਕੋਈ ਅੰਤ ਨਹੀਂ, ਕਦ ਤੱਕ ਚੱਲਦਾ ਰਹੇਗਾ ਕੋਈ ਪਤਾ ਨਹੀਂ, ਕੋਈ ਅੰਦਾਜ਼ਾ ਵੀ ਨਹੀਂ, ਚੱਲਣਾ ਹੀ ਪੈਣਾ ਹੈ ਕਿਉਂਕਿ ਉਸ ਮਾਲਕ ਨੇ ਉਹਦੀ ਡਿਊਟੀ ਲਗਾਈ ਹੋਈ ਹੈ। ਚੰਦਰਮਾ ਵੀ ਚੱਲਦਾ ਹੈ। ਮਹਾਰਾਜ ਕਹਿ ਰਹੇ ਨਿਸਸਸ ਚੱਲੇ, ਰਾਤ ਨੂੰ ਚੰਦਰਮਾ ਚੱਲਦਾ ਹੈ, ਦਿਨ ਰਵੀ ਚੱਲੇ, ਦਿਨੇ ਸੂਰਜ ਚੱਲਦਾ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਇਹ ਗੱਲ ਸਿਖਾ ਰਹੇ ਨੇ ਸਾਨੂੰ, ਦੋ ਚੀਜ਼ਾਂ ਨੇ ਦੇਖੋ, ਇੱਕ ਕਾਲ ਹੈ ਇੱਕ ਅਕਾਲ ਹੈ। ਇੱਕ ਕਾਲ ਹੈ, ਉਹ ਕਾਲ ਕਹਿੰਦੇ ਨੇ ਸਮੇਂ ਨੂੰ, ਸਮਾਂ ਜਿਸ ਵੀ ਸਮੇਂ ਦੀ ਮੌਜੂਦਗੀ ਵਿੱਚ ਜਿਹੜੀ ਵੀ ਚੀਜ਼ ਪੈਦਾ ਹੁੰਦੀ ਹੈ ਸਮਾਂ ਉਸ ਨੂੰ ਮਿਟਾ ਦਿੰਦਾ, ਸਮੇਂ ਦੇ ਵਿੱਚ ਹੀ ਉਹ ਮਿਟ ਜਾਂਦੀ ਹੈ। ਇੱਕ ਕਾਲ ਹੈ ਇੱਕ ਅਕਾਲ ਹੈ। ਜਦ ਤੱਕ ਕੋਈ ਕਾਲ ਦੇ ਨਾਲ ਸੀਮਤ ਰਹੇਗਾ, ਕਾਲ ਦੇ ਵਿੱਚ ਹੀ ਰਹੇਗਾ, ਜਨਮ ਮਰਨ ਚੱਲਦਾ ਰਹੇਗਾ। ਜਦੋਂ ਕੋਈ ਕਾਲ ਵਿੱਚੋਂ ਨਿਕਲ ਕੇ ਅਕਾਲ ਵਿੱਚ ਚਲਾ ਗਿਆ, ਉਸ ਨੂੰ ਕੋਈ ਮਾਰ ਨਹੀਂ ਸਕਦਾ। ਜਿਹਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਜੋ ਕਾਲ ਵਿੱਚੋਂ ਨਿਕਲ ਕੇ ਅਕਾਲ ਵਿੱਚ ਚਲਾ ਗਿਆ। ਬਹੁਤ ਸਾਰੇ ਗਏ ਹੋਏ ਨੇ, ਤੁਸੀਂ ਆਖੋਗੇ ਕੌਣ ਗਏ ਨੇ, 15 ਭਗਤ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਬੈਠੇ ਹੋਏ ਨੇ। ਭਗਤ ਕਬੀਰ ਗਏ ਨੇ, ਭਗਤ ਰਵਿਦਾਸ ਗਏ ਨੇ, ਭਗਤ ਨਾਮਦੇਵ ਜੀ ਗਏ ਨੇ, ਪੀਪਾ ਜੀ ਗਏ ਨੇ,
ਇਹ 15 ਭਗਤ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਜਦ ਤੱਕ ਦੁਨੀਆ ਰਹੇਗੀ ਇਹਨਾਂ ਨੂੰ ਕੋਈ ਮਾਰ ਨਹੀਂ ਸਕੇਗਾ, ਕੋਈ ਮਾਰ ਨਹੀਂ ਸਕੇਗਾ, ਇਹਨਾਂ ਨੂੰ ਮਿਟਾ ਨਹੀਂ ਸਕੇਗਾ ਕੋਈ। ਜਦ ਤੱਕ ਦੁਨੀਆ ਰਹੇਗੀ ਇਹ ਰਹਿਣਗੇ। ਗੁਰਦੇਵ ਪਾਤਸ਼ਾਹ ਕਹਿੰਦੇ ਸਦ ਸਦ ਜੀਵਨ ਇਸ ਨੂੰ ਕਹਿੰਦੇ ਨੇ। ਸਦ ਸਦ ਜੀਵਨ ਪ੍ਰਾਪਤ ਹੋ ਗਿਆ, ਕਿਉਂ? ਅਕਾਲ ਵਿੱਚ ਪਹੁੰਚ ਗਏ। ਤੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਨੂੰ ਅਕਾਲ ਦੇ ਨਾਲ ਜੋੜਦੀ ਹੈ। ਹੁਣ ਤੁਸੀਂ ਦੇਖੋ, ਇਹ ਜਿਹੜਾ ਸਾਡਾ ਸਰੀਰ ਹੈ ਨਾ, ਇਹ ਸਾਡੇ ਸਰੀਰ ਦੀ ਬਣਤਰ ਜਿਹੜੀ ਹੈ ਉਹ ਕਾਲ ਦੇ ਵਿੱਚ ਹੋਈ ਹੈ, ਕਾਲ ਨਾਲ ਬੱਧੀ ਹੋਈ ਹੈ, ਕਾਲ ਵਿੱਚ ਹੋਈ ਹੈ, ਕਿਉਂਕਿ ਸਮਾਂ ਨਿਰਧਾਰਿਤ ਹੈ। 9 ਮਹੀਨੇ ਮਾਂ ਦੇ ਗਰਭ 'ਚ ਰਹਿੰਦਾ ਹੈ ਬੱਚਾ, 9-10 ਮਹੀਨੇ ਬਾਅਦ ਜਨਮ ਹੋ ਜਾਂਦਾ ਹੈ। ਪਸ਼ੂਆਂ ਦੇ ਵੀ ਬੱਚੇ ਸਮਾਂ ਨਿਰਧਾਰਿਤ ਨੇ, ਪੰਛੀਆਂ ਦੇ ਬੱਚੇ ਵੀ ਸਮਾਂ ਨਿਰਧਾਰਿਤ ਨੇ। ਉਸ ਤੋਂ ਬਾਅਦ ਜਨਮ ਲੈਂਦਾ ਹੈ, ਫਿਰ ਸਵਾਸਾਂ ਦਾ ਸਮਾਂ ਮਿਲਦਾ, ਸਮਾਂ ਮਿਲਦਾ ਹੈ, ਸਵਾਸਾਂ ਦੀ ਦੌਲਤ ਮਿਲਦੀ ਹੈ। ਇੰਨੀ ਦੇਰ ਤੱਕ ਤੈਨੂੰ ਮੌਲਤ ਦਿੱਤੀ, ਤੂੰ ਰਹਿ ਜਗਤ ਦੇ ਅੰਦਰ, ਫਿਰ ਕੀ ਕਰਨਾ ਹੈ? ਸਰੀਰ ਨੇ ਉਨੀ ਦੇਰ ਰਹਿਣਾ, ਮਨ ਨੇ ਸਰੀਰ ਰੂਪ ਮਕਾਨ ਦੇ ਅੰਦਰ ਯਾਤਰਾ ਕਰਨੀ ਹੈ। ਅਤੇ ਜਦੋਂ ਸਮਾਂ ਪੂਰਾ ਹੋ ਗਿਆ, ਸਮੇਂ ਨੇ ਸਰੀਰ ਨੂੰ ਮਿਟਾ ਦੇਣਾ, ਮਨ ਨੂੰ ਤਾਂ ਨਹੀਂ ਮਿਟਾ ਸਕਦਾ, ਕਿਉਂਕਿ ਮਨ ਦੀ ਰਚਨਾ ਸਮੇਂ ਨੇ ਨਹੀਂ ਕੀਤੀ, ਸਾਡੀ ਆਤਮਾ ਦੀ ਰਚਨਾ ਸਮੇਂ ਨੇ ਨਹੀਂ ਕੀਤੀ। ਸਮੇਂ ਨੇ ਰਚਨਾ ਸਰੀਰ ਦੀ ਕੀਤੀ ਹੈ, ਸਰੀਰ ਦੀ ਰਚਨਾ ਸਮੇਂ ਨੇ ਕੀਤੀ ਹੈ, ਸਮੇਂ ਵਿੱਚ ਹੋਈ ਹੈ। ਔਰ ਇਹ ਧਰਤੀ ਦੀ ਦੌਲਤ ਹੈ, ਇਹ ਮਿੱਟੀ ਮਿੱਟੀ ਵਿੱਚ ਰਹੇਗੀ, ਧਰਤੀ 'ਤੇ ਹੀ ਰਹੇਗੀ, ਕੋਈ ਵੀ ਅੱਜ ਤੱਕ ਸਰੀਰ ਲੈ ਕੇ ਜਾ ਨਹੀਂ ਸਕਿਆ, ਕੋਈ ਵੀ ਸਰੀਰ ਲੈ ਕੇ ਜਾ ਨਹੀਂ ਸਕਿਆ, ਇਹ ਧਰਤੀ ਵਿੱਚ ਹੀ ਰਹੇਗੀ। ਇਹਦੇ ਅੰਦਰ ਜਿਹੜਾ ਮਨ ਹੈ ਉਹ ਅਕਾਲ ਦਾ ਹਿੱਸਾ ਹੈ, ਉਹ ਪਰਮਾਤਮਾ ਦੀ ਜੋਤ ਹੈ। ਮਹਾਰਾਜ ਜਿਵੇਂ ਬਾਣੀ 'ਚ ਆਖਦੇ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਤੁਹਾਨੂੰ ਗੱਲ ਸਮਝ ਆ ਰਹੀ ਹੈ ਕਿ ਨਹੀਂ? ਗੱਲ ਸਮਝ ਆ ਰਹੀ ਹੈ? ਮਨ ਸਾਡਾ ਜਿਹੜਾ ਉਹ ਅਕਾਲ ਪੁਰਖ ਦਾ ਹਿੱਸਾ ਹੈ, ਅਕਾਲ ਪੁਰਖ ਅਵਿਨਾਸ਼ੀ ਹੈ, ਅਵਿਨਾਸ਼ੀ ਹੈ, ਸਦੀਵੀ ਹੈ, ਉਹ ਕਦੇ ਮਰਦਾ ਨਹੀਂ ਹੈ, ਉਹਨੂੰ ਕਦੇ ਕੋਈ ਮਾਰ ਨਹੀਂ ਸਕਦਾ। ਇਹ ਮਨ ਜਿਹੜਾ ਨਾ ਅਵਿਨਾਸ਼ੀ ਹੈ, ਅਕਾਲ ਪੁਰਖ ਦਾ ਹਿੱਸਾ ਹੈ, ਇਹ ਸਰੀਰ ਵਿੱਚ ਆ ਕੇ ਭਟਕ ਗਿਆ, ਵਿਕਾਰਾਂ ਦੇ ਨਾਲ ਰਹਿਣਾ ਪੈ ਗਿਆ ਇਸ ਨੂੰ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਦੇ ਚੁੰਗਲ ਦੇ ਵਿੱਚ ਇਸ ਨੂੰ ਰਹਿਣਾ ਪੈ ਗਿਆ, ਇਹ ਵਾਪਸ ਜਾਣ ਦਾ ਰਸਤਾ ਭੁੱਲ ਗਿਆ ਅਤੇ ਇੱਥੋਂ ਦਾ ਹੀ ਵਸਨੀਕ ਹੋ ਗਿਆ। ਸਮਝਦਾ ਵੀ ਇਹ ਵੀ ਇੱਥੇ ਰਹਿਣ ਵਾਲੇ ਨੇ ਅਤੇ ਮੈਂ ਵੀ ਇਹਨਾਂ ਦੇ ਨਗਰ ਵਿੱਚ ਹੀ ਰਹਿਣਾ ਅਤੇ ਮੈਨੂੰ ਵੀ ਇੱਥੇ ਹੀ ਰਹਿਣਾ। ਇਹਨੂੰ ਕਹਿੰਦੇ ਨੇ ਭੁੱਲ ਜਾਣਾ, ਔਰ ਇਸ ਨੂੰ ਕਹਿੰਦੇ ਨੇ ਰੱਬ ਦਾ ਵਿਛੋੜਾ। ਰੱਬ ਸਾਡੇ ਕੋਲੋਂ ਖੁੱਸਿਆ ਨਹੀਂ ਹੈ, ਰੱਬ ਸਾਡੇ ਕੋਲੋਂ ਵਿਛੜਿਆ ਨਹੀਂ ਹੈ। ਜਿਸ ਦਿਨ ਵਿਛੜ ਜਾਏਗਾ ਉਸੇ ਦਿਨ ਮਰ ਜਾਵਾਂਗੇ। ਰੱਬ ਸਾਨੂੰ ਵਿਸਰਿਆ, ਵਿਛੜਿਆ ਨਹੀਂ ਹੈ, ਵਿਸਰਿਆ ਹੈ, ਭੁੱਲ ਗਿਆ, ਮਨ ਨੂੰ ਭੁੱਲ ਗਿਆ, ਮੈਂ ਵਾਪਸ ਜਾਣਾ। ਇਹਨਾਂ ਇੰਦਰੀਆਂ ਦੇ ਨਾਲ ਮਨ ਇਹਨਾਂ ਪੰਜਾਂ ਦੇ ਚੁੰਗਲ ਦੇ ਵਿੱਚ ਫਸਿਆ, ਇਹ ਡਾਢੇ ਬੜੇ ਨੇ, ਮਨ ਇਕੱਲਾ ਇਹਨਾਂ ਦੇ ਜਾਲ 'ਚ ਫਸ ਗਿਆ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਨੇ ਆਪਣਾ ਦਾਸ ਹੀ ਬਣਾ ਕੇ ਰੱਖ ਲਿਆ ਮਨ ਨੂੰ, ਆਪਣੀ ਨੌਕਰੀ ਕਰਵਾਈ ਜਾਂਦੇ ਨੇ। ਕਿੱਧਰ ਕਾਮ ਭਜਾਉਂਦਾ ਹੈ, ਕਿੱਧਰ ਕ੍ਰੋਧ ਭਜਾਉਂਦਾ ਹੈ, ਕਿੱਧਰ ਲੋਭ ਭਜਾਈ ਫਿਰਦਾ ਹੈ, ਮਨ ਨੂੰ ਭਜਾਈ ਫਿਰਦੇ ਨੇ, ਮਨ ਭਟਕਿਆ ਪਿਆ। ਇਹ ਸਾਰੀ ਦੀ ਸਾਰੀ ਗੁਰਬਾਣੀ ਤਨ ਵਾਸਤੇ ਨਹੀਂ ਹੈ, ਮਨ ਵਾਸਤੇ ਹੈ। ਜਿਤਨਾ ਵੀ ਪਰਮਾਤਮਾ ਦੇ ਨਾਮ ਦਾ ਸਿਮਰਨ ਹੈ ਤਨ ਵਾਸਤੇ ਨਹੀਂ ਹੈ, ਜਿੰਨਾ ਮਰਜ਼ੀ ਸਿਮਰਨ ਕਰ ਲਓ ਇਸ ਤਨ ਨੇ ਮਿੱਟੀ ਹੋਣਾ ਹੀ ਹੋਣਾ ਹੈ। ਕਿਸੇ ਵੀ ਨਾਮ ਦਾ ਜਪ ਕਰਨ ਦੇ ਨਾਲ ਇਸ ਤਨ ਨੂੰ ਮਿੱਟੀ ਹੋਣ ਤੋਂ ਨਹੀਂ ਬਚਾ ਸਕਦਾ ਕੋਈ ਵੀ। ਸੱਚ ਇਹੀ ਹੈ, ਸਾਰੀ ਦੀ ਸਾਰੀ ਗੁਰਬਾਣੀ ਮਨ ਵਾਸਤੇ ਹੈ। ਹਾਂ, ਮਨ ਨੂੰ ਅਗਰ ਸਹਿਯੋਗ ਮਿਲ ਜਾਏ ਬਾਣੀ ਦਾ, ਪਰਮਾਤਮਾ ਦੇ ਨਾਮ ਦੇ ਸਿਮਰਨ ਦਾ, ਮਨ ਸੁਖੀ ਹੋ ਜਾਏ ਤਾਂ ਉਹਦਾ ਸਕੂਨ ਸਰੀਰ ਨੂੰ ਵੀ ਹੋਵੇਗਾ, ਉਹਦਾ ਫਾਇਦਾ ਸਰੀਰ ਨੂੰ ਵੀ ਹੋਵੇਗਾ, ਉਹਦਾ ਸੁੱਖ ਸਰੀਰ ਨੂੰ ਵੀ ਮਿਲੇਗਾ, ਇੰਦਰੀਆਂ ਨੂੰ ਵੀ ਮਿਲੇਗਾ।
ਬਸ ਇੰਨੀ ਗੱਲ। ਬਾਣੀ ਪੜ੍ਹਨ ਨਾਲ ਮਨ ਨੂੰ ਗਿਆਨ ਦੇਣਾ, ਇਹ ਬਾਣੀ ਜਿਤਨੀ ਵੀ ਹੈ ਗਿਆਨ ਹੈ, ਸ਼ਬਦ ਜਿਤਨਾ ਵੀ ਇਹ ਗਿਆਨ ਹੈ, ਔਰ ਸਾਰੇ ਦਾ ਸਾਰਾ ਮਨ ਵਾਸਤੇ ਹੈ। ਮਨ ਕਰਕੇ ਬਾਣੀ ਪੜ੍ਹਨੀ ਹੈ, ਮਨ ਕਰਕੇ ਕੀਰਤਨ ਕਰਨਾ ਹੈ, ਮਨ ਕਰਕੇ ਕੀਰਤਨ ਸੁਣਨਾ ਹੈ, ਮਨ ਕਰਕੇ ਸੱਚੇ ਸੰਗਤ ਵਿੱਚ ਹਾਜ਼ਰ ਰਹਿਣਾ ਹੈ। ਮਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜਾ ਪਿਆਰਾ ਸਲੋਕ ਲਿਖਦੇ ਨੇ, ਗੁਰਸਭਾ ਏਵ ਨਾ ਪਾਈ ਹੈ, ਗੁਰੂ ਅਮਰਦਾਸ ਜੀ ਮਹਾਰਾਜ, ਸਲੋਕ ਮਹਲਾ ਤੀਜਾ। ਗੁਰਸਭਾ ਏਵ ਨਾ ਪਾਈ ਹੈ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ। ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹ ਸਲੋਕ। ਗੁਰਸਭਾ ਗੁਰੂ ਦੀ ਸੰਗਤ, ਏਵ ਨਾ ਪਾਈ ਹੈ, ਇਸ ਤਰ੍ਹਾਂ ਨਹੀਂ ਪ੍ਰਾਪਤ ਹੁੰਦੀ ਵੀ ਸਰੀਰ ਗੁਰੂ ਕੋਲ ਪਿਆ ਹੋਇਆ, ਮਨ ਜਿੱਥੇ ਮਰਜ਼ੀ ਤੁਰਿਆ ਫਿਰੇ ਔਰ ਸਾਨੂੰ ਗੁਰੂ ਦੀ ਸੰਗਤ ਪ੍ਰਾਪਤ ਹੋਊਗੀ, ਇਸ ਤਰ੍ਹਾਂ ਨਹੀਂ ਪ੍ਰਾਪਤ ਹੁੰਦੀ। ਕਿਸ ਤਰ੍ਹਾਂ ਪ੍ਰਾਪਤ ਹੋਏਗੀ? ਆਹ ਗੁਰੂ ਕੋਲੋਂ ਸਿੱਖੀਏ। ਗੁਰਸਭਾ ਏਵ ਨਾ, ਸਭਾ ਦਾ ਮਤਲਬ ਸੰਗਤ, ਗੁਰਸਭਾ ਏਵ ਨਾ ਪਾਈ ਹੈ, ਨਾ ਨੇੜੇ ਨਾ ਦੂਰ। ਸਰੀਰ ਬਿਸ਼ਕ ਦੂਰ ਹੈ ਔਰ ਮਨ ਪਹਿਲਾਂ ਪਹੁੰਚ ਗਿਆ ਗੁਰੂ ਕੋਲ, ਤਾਂ ਗੁਰੂ ਨੂੰ ਸੰਗਤ, ਗੁਰੂ ਦੀ ਸੰਗਤ ਪ੍ਰਾਪਤ ਹੋਊਗੀ ਮਨ ਨੂੰ। ਔਰ ਸਰੀਰ ਗੁਰੂ ਦੇ ਕੋਲ ਬੈਠਾ ਹੈ, ਮਨ ਕਿਤੇ ਬਾਹਰ ਉਡਾਰੀ ਮਾਰ ਗਿਆ, ਤਾਂ ਗੁਰੂ ਦੀ ਸੰਗਤ ਵਿੱਚ ਨਹੀਂ ਹੈ। ਤੂੰ ਝੂਠੀ ਤਸੱਲੀ ਨਾ ਦਿੰਦਾ ਰਹੇ ਐਵੇਂ ਆਪਣੇ ਆਪ ਨੂੰ, ਗੁਰੂ ਮਹਾਰਾਜ ਦੀ ਬਾਣੀ ਕਹਿੰਦੀ। ਗੁਰਸਭਾ ਏਵ ਨਾ ਪਾਈ ਹੈ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਿਸ ਨੂੰ ਮਿਲੇ ਜਾਂ ਮਨ ਰਹੇ ਹਦੂਰ। ਮਨ ਹਾਜ਼ਰ, ਕੀਰਤਨ ਮਨ ਕਰਕੇ ਕਰਨਾ ਹੈ, ਕੀਰਤਨ ਮਨ ਕਰਕੇ ਸੁਣਨਾ ਹੈ, ਸਿਮਰਨ ਮਨ ਕਰਕੇ ਕਰਨਾ ਹੈ। ਮਨ ਕਰਕੇ ਰਸਨਾ ਬੋਲੇ, ਕੰਨਾਂ ਦੇ ਰਾਹੀਂ ਮਨ ਸੁਣੇ, ਕੰਨਾਂ ਦੇ ਰਾਹੀਂ ਮਨ ਸੁਣੇ। ਸਤਿਗੁਰੂ ਜੀ ਕਹਿ ਰਹੇ ਨੇ ਇਹ ਜਿਹੜਾ ਮਨ ਹੈ ਭਟਕਣਾ ਵਿੱਚੋਂ ਨਿਕਲਦਾ ਜਾਏਗਾ, ਮਨ ਨੂੰ ਗਿਆਨ ਮਿਲਣਾ ਸ਼ੁਰੂ ਹੋ ਜਾਏਗਾ, ਮਨ ਨੂੰ ਰੱਬ ਦਾ ਰਾਹ ਦੇਖਣਾ ਸ਼ੁਰੂ ਹੋ ਜਾਏਗਾ, ਰੱਬ ਦਾ ਰਸਤਾ ਦੇਖਣਾ ਸ਼ੁਰੂ ਹੋ ਜਾਏਗਾ। ਜਿਉਂ ਜਿਉਂ ਬਾਣੀ ਪੜ੍ਹਦਾ ਜਾਏਗਾ, ਜਿਉਂ ਜਿਉਂ ਸ਼ਬਦ ਅੰਦਰ ਜਾਂਦਾ ਜਾਏਗਾ, ਜਿਉਂ ਜਿਉਂ ਸ਼ਬਦ ਸੁਣੇਗਾ ਮਨ, ਮਨ ਸਿਆਣਾ ਹੁੰਦਾ ਜਾਏਗਾ, ਮਨ ਨੂੰ ਰੱਬ ਦਾ ਰਾਹ ਦਿਖਣਾ ਸ਼ੁਰੂ ਹੋ ਜਾਏਗਾ, ਮਨ ਦੇ ਅੰਦਰ ਸੋਝੀ ਆਉਣੀ ਸ਼ੁਰੂ ਹੋ ਜਾਏਗੀ, ਮਨ ਦੀ ਕਨਫਿਊਜ਼ਨ ਖਤਮ ਹੋਣੀ ਸ਼ੁਰੂ ਹੋ ਜਾਏਗੀ, ਮਨ ਦਾ ਭਰਮ ਖਤਮ ਹੋਣਾ ਸ਼ੁਰੂ ਹੋ ਜਾਏਗਾ, ਮਨ ਦਾ ਭੁਲੇਖਾ ਖਤਮ ਹੋਣਾ ਸ਼ੁਰੂ ਹੋ ਜਾਏਗਾ। ਇੱਕ ਦਿਨ ਮਨ ਜਾਗ ਜਾਏਗਾ ਔਰ ਸਮਝ ਆਏਗਾ ਮੈਂ ਇਸ ਦੇਸ਼ ਦਾ ਵਾਸੀ ਨਹੀਂ ਹਾਂ, ਮੈਂ ਤਾਂ ਪਰਦੇਸੀ ਹਾਂ, ਮੈਂ ਤਾਂ ਇੱਥੇ ਆਇਆ ਸੀ ਵਪਾਰ ਕਰਨ ਵਾਸਤੇ ਸ਼ੁਭ ਗੁਣਾਂ ਦੀ ਰਾਸ ਪੂੰਜੀ ਲੈ ਕੇ, ਅਤੇ ਮੈਨੂੰ ਤਾਂ ਵਾਪਸ ਜਾਣਾ, ਵਾਪਸ ਜਾਣਾ। ਫਿਰ ਸ਼ਬਦ ਪੜ੍ਹੇਗਾ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਜਦੋਂ ਮਨ ਜਾਗ ਜਾਏਗਾ ਫਟ ਸੁਣ ਲਏਗਾ ਮਾਲਕ ਦੀ ਆਵਾਜ਼, ਤੁਰ ਪਏਗਾ, ਜਿਉਂਦੇ ਜੀ ਪਰਮਾਤਮਾ ਦਾ ਮਿਲਾਪ, ਆਵਾਜ਼ ਸੁਣਦੇ ਸਾਰ ਤੁਰ ਪਏਗਾ, ਕਿਉਂਕਿ ਰਸਤਾ ਮਿਲ ਗਿਆ, ਇਹਨੂੰ ਪਤਾ ਚੱਲ ਗਿਆ ਕਿ ਮੈਂ ਇਸ ਦੇਸ਼ ਦਾ ਵਾਸੀ ਨਹੀਂ ਹਾਂ ਔਰ ਹੈ ਵੀ ਨਹੀਂ। ਮਨ ਅਕਾਲ ਪੁਰਖ ਤੂੰ ਪੈਦਾ ਹੋਇਆ, ਇਹ ਅਕਾਲ ਦਾ ਹਿੱਸਾ ਹੈ ਔਰ ਇਸੇ ਨੇ ਸਾਨੂੰ ਮੁਕਤ ਕਰਵਾਉਣਾ ਹੈ, ਇਸ ਨੇ ਜਨਮਾਂ ਦੇ ਚੱਕਰ ਮਿਟਾਉਣੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਕਰਕੇ ਬਾਣੀ ਲਿਆਂਦੀ ਹੈ। ਇਹ ਬਾਣੀ ਅਗਰ ਇਹ ਗੱਲ ਸਮਝ ਕੇ ਅਸੀਂ ਨਹੀਂ ਪੜ੍ਹਾਂਗੇ ਔਰ ਵਿਚਾਰਾਂਗੇ ਤਾਂ ਮੈਨੂੰ ਸ਼ਮਾ ਕਰਨਾ, ਇਹ ਬਾਣੀ ਪੜ੍ਹਨਾ ਵੀ ਕਰਮ ਕਾਂਡ ਹੋਏਗਾ। ਜਿਵੇਂ ਲੋਕ ਮੂਰਤੀ ਪੂਜਾ ਕਰਦੇ ਨੇ ਨਾ, ਤੁਹਾਡਾ ਮੱਥਾ ਟੇਕਣਾ ਵੀ ਕਰਮ ਕਾਂਡ ਹੋਏਗਾ। ਜਿਵੇਂ ਲੋਕ ਮੂਰਤੀਆਂ ਨੂੰ ਮੱਥਾ ਟੇਕਦੇ ਨੇ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਟੇਕ ਰਹੇ ਹੋ। ਕਿਉਂ ਟੇਕ ਰਹੇ ਹੋ ਪਤਾ ਹੀ ਨਹੀਂ, ਜੋ ਕੰਮ ਕਰ ਰਹੇ ਹਾਂ ਉਹਦਾ ਪਤਾ ਨਾ ਹੋਵੇ ਉਹਨੂੰ ਪਖੰਡ ਕਹਿੰਦੇ ਨੇ। ਜੋ ਕੰਮ ਕਰ ਰਹੇ ਹਾਂ ਔਰ ਉਹਦੇ ਬਾਰੇ ਪਤਾ ਨਾ ਹੋਵੇ ਕਿਉਂ ਕਰ ਰਹੇ ਹਾਂ, ਇਹਦੇ ਕਰਨ ਨਾਲ ਕੀ ਹੋਏਗਾ, ਉਸ ਦਾ ਨਾਮ ਹੈ ਪਖੰਡ। ਪਖੰਡ ਔਰ ਕਿਸੇ ਹੋਰ ਚੀਜ਼ ਦਾ ਨਾਮ ਨਹੀਂ ਹੈ। ਕੰਮ ਤਾਂ ਕਰ ਰਹੇ ਹਾਂ
ਪਰ ਇਹਦੇ ਬਾਰੇ ਕੋਈ ਸੋਝੀ ਨਹੀਂ, ਕੋਈ ਜਾਣਕਾਰੀ ਨਹੀਂ। ਇਸੇ ਨੂੰ ਕਰਮਕਾਂਡ ਕਹਿੰਦੇ ਨੇ। ਅੱਜ ਕੱਲ੍ਹ ਕਰਮਕਾਂਡ ਬਹੁਤ ਦੁਨੀਆ ਕਰ ਰਹੀ ਹੈ, ਪਰ ਜਦ ਵੀ ਬਾਣੀ ਪੜ੍ਹਨੀ ਹੈ, ਜਿਤਨੀ ਵੀ ਪੜ੍ਹਨੀ ਹੈ ਮਨ ਕਰਕੇ ਪੜ੍ਹਨੀ ਹੈ, ਜਿਤਨੀ ਵੀ ਸੁਣਨੀ ਹੈ ਮਨ ਕਰਕੇ ਸੁਣਨੀ ਹੈ। ਮਨ ਨੂੰ ਗਿਆਨ ਹੋ ਜਾਏਗਾ, ਇਹ ਮਨ ਤੁਹਾਨੂੰ ਪਰਮਾਤਮਾ ਨਾਲ ਮਿਲਾ ਸਕਦਾ ਹੈ। ਮਨ ਨੂੰ ਜਗਿਆਸੂ ਬਣਨਾ ਬਹੁਤ ਜ਼ਰੂਰੀ। ਸਤਸੰਗ ਕਰ ਕਰਕੇ, ਕੀਰਤਨ ਸੁਣ ਕੇ ਮਨ ਜਾਗ ਜਾਏ, ਮਨ ਜਗਿਆਸੂ ਹੋ ਜਾਏਗਾ। ਜਿਹਦਨ ਜਗਿਆਸੂ ਹੋ ਜਾਏਗਾ, ਤੁਸੀਂ ਜ਼ਬਰਦਸਤੀ ਵੀ ਇਸਨੂੰ ਰੋਕਣ ਦੀ ਕੋਸ਼ਿਸ਼ ਕਰੋਗੇ, ਤੁਹਾਨੂੰ ਸਤਸੰਗ ਵਿੱਚ ਲੈ ਜਾਏਗਾ, ਨਹੀਂ ਰੁਕੇਗਾ। ਸਰੀਰ ਤੁਹਾਡਾ ਕੰਮ ਨਹੀਂ ਕਰ ਰਿਹਾ, ਲੇਕਿਨ ਫਿਰ ਵੀ ਘਸੀਟ ਕੇ ਲੈ ਜਾਏਗਾ। ਜਗਿਆਸੂ ਹੋ ਗਿਆ, ਕਿਉਂਕਿ ਜਗਿਆਸਾ ਪੈਦਾ ਹੋ ਗਈ ਅੰਦਰ, ਬੇਚੈਨੀ ਪੈਦਾ ਹੋ ਜਾਏਗੀ ਇਸਦੇ ਅੰਦਰ, ਮਾਲਕ ਨੂੰ ਮਿਲਣ ਵਾਸਤੇ, ਉਹਦੇ ਦੀਦਾਰ ਕਰਨ ਵਾਸਤੇ, ਉਹਦੇ ਨਾਮ ਦੀ ਆਵਾਜ਼ ਸੁਣਨ ਵਾਸਤੇ, ਉਹਦੀ ਸਿਫਤ ਸਲਾਹ ਸੁਣਨ ਵਾਸਤੇ, ਉਹਦੀਆਂ ਵਡਿਆਈਆਂ ਸੁਣਨ ਵਾਸਤੇ। ਠੀਕ ਐਵੇਂ ਜਿਸ ਤਰ੍ਹਾਂ ਨੌਜਵਾਨ ਬੱਚੀ ਦੇ ਵਿਆਹ ਦੀ ਤਰੀਕ ਫਿਕਸ ਹੋ ਜਾਏ ਔਰ ਉਹਨੂੰ ਕਿੱਥੋਂ ਸੁਨੇਹਾ ਮਿਲ ਜਾਏ, ਤੇਰੇ ਹੋਣ ਵਾਲਾ ਪਤੀ ਆਪਣੇ ਇਲਾਕੇ ਵਿੱਚ ਆਇਆ, ਨੇੜੇ ਤੇੜੇ ਪਿੰਡ 'ਚ ਆਇਆ, ਚਾਹ ਚੜ੍ਹ ਜਾਂਦਾ, ਤਰਸ ਜਾਂਦੀ ਉਹਨੂੰ ਵੇਖਣ ਵਾਸਤੇ, ਜਗਿਆਸਾ ਪੈਦਾ ਹੋ ਗਈ ਉਹਦੇ ਅੰਦਰ। ਜਿਹਦਿਨ ਦੀ ਡੇਟ ਫਿਕਸ ਹੋ ਗਈ, ਉਹਦੇ ਅੰਦਰ ਜਗਿਆਸਾ ਪੈਦਾ ਹੋ ਗਈ। ਇਸ ਤਰ੍ਹਾਂ ਜਗਿਆਸਾ ਪੈਦਾ ਹੋ ਜਾਂਦੀ ਹੈ। ਕੋਈ ਵੀ ਆ ਰਹੀ ਹੈ ਬਾਹਰੋਂ, ਕੋਈ ਵੀ ਸਹੇਲੀ ਆ ਰਹੀ, ਵਾਰ ਵਾਰ ਪੁੱਛ ਰਹੀ ਕਿੱਦਾਂ ਲੱਗਦਾ ਦੇਖਣ ਵਿੱਚ, ਕਿੱਦਾਂ ਲੱਗਦਾ ਦੇਖਣ ਵਿੱਚ, ਬੋਲਦਾ ਕਿੱਦਾਂ ਹੈ, ਗੱਲ ਕਿੱਦਾਂ ਕਰਦਾ, ਜਗਿਆਸਾ ਪੈਦਾ ਹੋ। ਜਗਿਆਸਾ ਪੈਦਾ ਹੋ ਗਈ ਤਾਂ ਮੇਰੇ ਪਿਆਰੇ ਪ੍ਰੀਤਮ ਦੀ ਕੋਈ ਗੱਲ ਕਿਸ ਤਰ੍ਹਾਂ ਕਰਦਾ, ਉਹਦੀਆਂ ਸਿਫਤਾਂ ਕਿਸ ਤਰ੍ਹਾਂ ਕਰਦਾ, ਕੋਈ ਉਹਦੀਆਂ ਕਿਹੋ ਜਿਹੀਆਂ ਵਡਿਆਈਆਂ ਨੇ, ਉਹਦੇ ਵਿੱਚ ਕਿਹੋ ਜਿਹੇ ਗੁਣ ਨੇ, ਉਹ ਕੀ ਕਰਦਾ ਹੈ, ਕਿੱਦਾਂ ਕਿੱਦਾਂ ਕਰਦਾ। ਇਸ ਤਰ੍ਹਾਂ ਦੀਆਂ ਚੀਜ਼ਾਂ ਉਸ ਜਗਿਆਸੂ ਦੇ ਅੰਦਰ ਫਿਰ ਆਟੋਮੈਟਿਕਲੀ ਚੱਲ ਪੈਂਦੀਆਂ ਨੇ। ਇਹ ਜਗਿਆਸਾ ਜਿਹੜੀ ਹੈ, ਇਹ ਪਿਆਸ ਜਿਹੜੀ ਹੈ, ਪ੍ਰੀਤਮ ਨਾਲ ਮਿਲਾ ਦੇਵੇਗੀ, ਉਸ ਪਿਆਰੇ ਨਾਲ ਮਿਲਾ ਦੇਵੇਗੀ, ਉਹਦਾ ਪ੍ਰੇਮੀ ਬਣਾ ਦੇਵੇਗੀ। ਸੱਚ ਜਾਣਨਾ, ਹਮੇਸ਼ਾ ਪਹੁੰਚਣ ਵਾਲਿਆਂ ਵਿੱਚੋਂ ਪ੍ਰੇਮੀ ਅੱਗੇ ਰਹੇ ਨੇ। ਜਿਹੜੇ ਜਗਿਆਸੂ ਹੋ ਗਏ ਉਹ ਪ੍ਰੇਮੀ ਹੋ ਗਏ, ਜਿਹੜੇ ਪ੍ਰੇਮੀ ਹੋ ਗਏ ਉਹ ਪਿਆਰੇ ਪ੍ਰੀਤਮ ਦੇ ਆਪਣੇ ਬਣ ਗਏ, ਆਪਣੇ ਬਣ ਗਏ। ਗੁਰਦੇਵ ਪਾਤਸ਼ਾਹ ਇਹ ਬਖਸ਼ਿਸ਼ ਕਰ ਰਹੇ ਨੇ ਗੁਰੂ ਕੀ ਬਾਣੀ ਦੇ ਅੰਦਰ। ਝਾਤ ਮਾਰੀਏ, ਹੁਣ ਸਮੇਂ ਦੀ ਵੰਡ ਹੈ, ਕਾਲ ਦੀ ਗੱਲ ਕਰ ਰਹੇ ਨੇ ਸਤਿਗੁਰੂ। ਕਾਲ ਦੀ ਕੀ ਦਸ਼ਾ ਹੈ, ਕਾਲ ਦਾ ਬਹੁਤ ਵੱਡਾ ਰੋਲ ਹੈ। ਅਗਰ ਇੱਕ ਦਿਨ ਸੂਰਜ ਨਾ ਚੜ੍ਹੇ ਤਾਂ ਕੋਈ ਹਨੇਰਾ ਹੋ ਜਾਏਗਾ, ਦੁਨੀਆ ਅੱਧੀ ਦੁਨੀਆ ਖਤਮ ਹੋ ਜਾਏਗੀ ਇੱਕ ਦਿਨ ਸੂਰਜ ਨਾ ਚੜ੍ਹੇ। ਲੇਕਿਨ ਇਹ ਵੀ ਅਕਾਲ ਪੁਰਖ ਨੇ ਇੱਕ ਐਸੀਆਂ ਹਸਤੀਆਂ ਪੈਦਾ ਕੀਤੀਆਂ ਨੇ, ਸੂਰਜ ਹੈ, ਚੰਦਰਮਾ ਹੈ, ਤਾਰੇ ਨੇ, ਜਲ ਹੈ, ਪਵਨ ਹੈ, ਪਾਣੀ ਹੈ, ਅਗਨੀ ਹੈ, ਇਹ ਸਭ ਚੀਜ਼ਾਂ ਪਰਮਾਤਮਾ ਨੇ ਆਪਣੀ ਕੁਦਰਤ ਵਿੱਚ ਪੈਦਾ ਕੀਤੀਆਂ ਨੇ ਸਾਡੇ ਗੁਜ਼ਰਾਨ ਵਾਸਤੇ, ਜੀਵਾਂ ਦੇ ਗੁਜ਼ਰਾਨ ਵਾਸਤੇ, ਸਾਡੀ ਜੀਵਾਂ ਦੀ ਪ੍ਰਤਪਾਲਾ ਕਰਨ ਵਾਸਤੇ ਇਹ ਪਰਮਾਤਮਾ ਨੇ ਇਸ ਲਈ ਪੈਦਾ ਕੀਤੀਆਂ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਿਖਾਉਣਾ ਚਾਹੁੰਦੇ ਨੇ। ਆਓ ਇੱਕ ਸਲੋਕ ਗੁਰੂ ਨਾਨਕ ਸਾਹਿਬ ਦਾ ਪੜ੍ਹੀਏ। ਆਸਾ ਜੀ ਕਿ ਵਾਰ ਆਪਾਂ ਰੋਜ਼ ਪੜ੍ਹਦੇ ਹਾਂ, ਤੁਹਾਨੂੰ ਇੱਕ ਸਲੋਕ ਦੀ ਸਮਝ ਪਏਗੀ ਤਾਂ ਅੱਗੇ ਤੁਹਾਡੇ ਅੰਦਰ ਚਾਹਤ ਪੈਦਾ ਹੋ ਜਾਏਗੀ ਕਿ ਮੈਂ ਅਗਲੇ ਨੂੰ ਵੀ ਸਮਝਾਂ। ਮਹਾਰਾਜ ਕਹਿੰਦੇ, ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ। ਪੁਰਾਤਨ ਸਮੇਂ ਦੇ ਅੰਦਰ ਕੁਝ ਐਸਾ ਦੌਰ ਸੀ, ਕੁਝ ਲੋਕ ਰਾਸਾਂ ਪਾਉਂਦੇ ਹੁੰਦੇ ਸਨ, ਉਹਨਾਂ ਨੂੰ ਰਾਸਧਾਰੀਏ ਕਹਿੰਦੇ ਸੀ, ਉਹਨਾਂ ਨੂੰ ਭਗੌਤੀਏ ਵੀ ਕਹਿੰਦੇ ਸੀ। ਉਹ ਪੈਰਾਂ 'ਚ ਘੁੰਗਰੂ ਬੰਨ ਲੈਣੇ ਉਹਨਾਂ ਨੇ, ਅਤੇ ਇੱਕ ਵੇਸ਼ਭੂਸ਼ਾ ਅਲੱਗ ਢੰਗ ਦੀ ਬਣਾ ਲੈਣੀ, ਅਤੇ ਉਹਨਾਂ ਨੇ ਬਾਜ਼ਾਰਾਂ ਦੇ ਅੰਦਰ ਰਾਸਾਂ ਪਾਉਣੀਆਂ। ਬਾਜ਼ਾਰੀਏ ਜਿਤਨੇ ਬਾਜ਼ਾਰਾਂ ਦੇ ਅੰਦਰ ਰੌਣਕਾਂ ਹੁੰਦੀਆਂ ਨੇ, ਇਕੱਠ ਹੁੰਦੇ ਨੇ ਸਾਰੇ ਲੋਕ, ਉਹਨਾਂ ਦੀਆਂ ਰਾਸਾਂ ਦੇਖਦੇ ਨੇ ਅਤੇ ਬੜੇ ਖੁਸ਼ ਹੁੰਦੇ ਨੇ। ਇੱਕ ਡਰਾਮੇ ਦਾ ਰੂਪ ਹੁੰਦਾ ਹੈ। ਪਹਿਲਾਂ ਪਿੰਡਾਂ 'ਚ ਡਰਾਮੇ ਲੱਗਿਆ ਕਰਦੇ ਸਨ, ਰਾਸਧਾਰੀਏ ਆਉਂਦੇ ਸੀ, ਰਾਸਾਂ ਕਰ ਪਾਇਆ ਕਰਦੇ ਸਨ। ਉਹ ਰਾਸਧਾਰੀਏ ਕੀ ਕਰਦੇ, ਵੇਸ਼ਭੂਸ਼ਾ ਬਣਾਉਂਦੇ ਨੇ, ਕੋਈ ਰਾਜੇ ਦੀ, ਕੋਈ ਰਾਣੀ ਦੀ, ਕੋਈ ਰਾਣੀ ਦੀ ਵੇਸ਼ਭੂਸ਼ਾ ਬਣਾਉਂਦੇ, ਕੋਈ ਰਾਜੇ ਦਾ, ਕੋਈ ਗਹਿਣੇ ਪਾ ਲੈਣੇ, ਔਰ ਉਸੇ ਤਰ੍ਹਾਂ ਜਿਵੇਂ ਰਾਣੀ ਰਾਜੇ ਸੱਜਦੇ ਨੇ ਉਸੇ ਤਰ੍ਹਾਂ ਦਾ ਵੇਸ਼ਭੂਸ਼ਾ ਬਣਾ ਕੇ, ਔਰ ਉਹਨਾਂ ਨੇ ਉਸੇ ਤਰ੍ਹਾਂ ਦੀ ਗੱਲਬਾਤ ਕਰਨੀ ਜਿਸ ਤਰ੍ਹਾਂ ਰਾਮਲੀਲਾ ਵਿੱਚ ਕੀਤਾ ਜਾਂਦਾ, ਇਸੇ ਢੰਗ ਦੇ ਨਾਲ ਰਾਸਧਾਰੀਏ ਰਾਸਾਂ ਪਾਇਆ ਕਰਦੇ ਸਨ। ਤੋ ਰਾਸ ਪਾਉਣ ਵਾਲਿਆਂ ਦਾ ਤਾਂ ਆਪਣਾ ਇਹ ਕੰਮ ਸੀ, ਗੁਜ਼ਾਰਾ ਸੀ ਉਹਨਾਂ ਦਾ, ਤਾਂ ਉਹਨਾਂ ਦੇ ਤਾਂ ਰੋਜ਼ੀ ਦਾ ਇੱਕ ਸਹਾਰਾ ਸੀ। ਕੋਈ ਲੋਕ ਚੰਨ ਪੈਸੇ ਦੇ ਦਿੰਦੇ ਸੀ, ਉਹਨਾਂ ਦੀ ਰੋਜ਼ੀ ਰੋਟੀ ਚੱਲਦੀ ਸੀ। ਲੇਕਿਨ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਉਹ ਰਾਸਧਾਰੀਏ ਜਿੱਦਾਂ ਰਾਸਾਂ ਪਾਉਂਦੇ ਨਾ, ਇਸੇ ਤਰ੍ਹਾਂ ਪਰਮਾਤਮਾ ਦੀ ਕੁਦਰਤ ਹੈ ਨਾ ਜਿਹੜੀ, ਇਹ ਵੀ ਰਾਸਾਂ ਪਾ ਰਹੀ ਹੈ।
ਕਿਸ ਤਰ੍ਹਾਂ ਰਾਸਾਂ ਪਾ ਰਹੀ ਹੈ ਮਹਾਰਾਜ? ਕਹਿੰਦੇ ਨੇ ਘੜੀਆਂ ਸਭੇ ਗੋਪੀਆਂ, ਘੜੀਆਂ ਸੰਸਕ੍ਰਿਤ ਦਾ ਸ਼ਬਦ ਹੈ, ਘਟਕ ਆਪਾਂ ਪੰਜਾਬੀ 'ਚ ਕਹਿੰਦੇ ਨੇ ਘੜੀ ਅਤੇ ਸੰਸਕ੍ਰਿਤ ਵਿੱਚ ਕਹਿੰਦੇ ਨੇ ਘਟਕ। ਜਿਸ ਤਰ੍ਹਾਂ ਆਪਾਂ ਪੰਜਾਬੀ 'ਚ ਕਹਿੰਦੇ ਨੇ ਘੜਾ, ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਘੜੀਆਂ ਸਭੇ ਗੋਪੀਆਂ। ਘੜੀ ਉਹ ਹੈ ਜੋ ਸਮੇਂ ਦੀ ਵੰਡ ਕਰਦੀ ਹੈ, ਸਮੇਂ ਦੀ ਵੰਡ ਕਰਦੀ ਹੈ। 24 ਮਿੰਟਾਂ ਦੀ ਇੱਕ ਘੜੀ ਹੁੰਦੀ, 24 ਮਿੰਟਾਂ ਦੀ ਇੱਕ ਘੜੀ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਅਤੇ ਜਿਹੜੇ ਪਹਿਰ ਨੇ ਉਹ ਪਹਿਰ ਇੱਕ ਦਿਨ ਵਿੱਚ ਚਾਰ ਹੁੰਦੇ ਨੇ, ਇੱਕ ਦਿਨ ਵਿੱਚ ਚਾਰ, 3 ਘੰਟੇ ਦਾ ਇੱਕ ਪਹਿਰ ਹੁੰਦਾ ਹੈ ਤਕਰੀਬਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਮਝਾ ਰਹੇ ਨੇ 2.5 ਘੜੀਆਂ ਦਾ ਇੱਕ ਘੰਟਾ ਹੁੰਦਾ, ਸਮੇਂ ਦੀ ਵੰਡ ਹੈ। 2.5 ਘੜੀਆਂ ਦਾ ਇੱਕ ਘੰਟਾ ਹੁੰਦਾ ਹੈ, 3 ਘੰਟਿਆਂ ਦਾ ਇੱਕ ਪਹਿਰ ਹੁੰਦਾ ਹੈ, 4 ਪਹਿਰਾਂ ਦਾ ਇੱਕ ਦਿਨ ਹੁੰਦਾ ਹੈ, 4 ਪਹਿਰਾਂ ਦੀ ਇੱਕ ਰਾਤ ਹੁੰਦੀ ਹੈ। ਉਹਨੂੰ ਕਹਿੰਦੇ ਹੈ 4 ਪਹਿਰ ਦਿਨ, 4 ਪਹਿਰ ਰਾਤ, 8 ਪਹਿਰ। 8 ਪਹਿਰ ਤੋਂ ਬਾਅਦ ਫਿਰ ਰਿਪੀਟ ਉਸੇ ਤਰ੍ਹਾਂ ਚੱਲਦੀ ਹੈ ਘੜੀ, ਸਮੇਂ ਦੀ ਵੰਡ। ਮਹਾਰਾਜ ਕਹਿੰਦੇ ਨੇ ਰੱਬ ਦੀ ਕੁਦਰਤ ਰਾਸਾਂ ਪਾ ਰਹੀ ਹੈ। ਕਿਸ ਤਰ੍ਹਾਂ ਪਾ ਰਹੀ ਹੈ? ਘੜੀਆਂ ਸਭੇ ਗੋਪੀਆਂ, ਜਿਹੜੀਆਂ ਘੜੀਆਂ ਨੇ ਨਾ, ਜਿਹੜੀਆਂ ਇਹ ਸਾਰੇ ਦੀਆਂ ਸਾਰੀਆਂ ਗੋਪੀਆਂ ਨੇ। ਗੋਪੀਆਂ, ਗੋਪੀਆਂ ਕਿਹੜੀਆਂ? ਉਹ ਗੁਜਰੀਆਂ, ਗੁਜਰੀਆਂ ਜੋ ਪਹਿਰ ਕੰਨ ਗੋਪਾਲ, ਅਤੇ ਪਹਿਰ ਕਹਿੰਦੇ ਨੇ ਕਾਨੇ ਨੂੰ, ਕਿ ਜਿਹੜੇ ਕਾਨਾ ਹੈ, ਜਿਹਨੂੰ ਕਾਨਾ ਕ੍ਰਿਸ਼ਨ ਜੀ ਨੂੰ ਕਹਿੰਦੇ ਨੇ, ਅਤੇ ਇਹ ਗੁਜਰੀਆਂ ਅਤੇ ਕਾਨਾ ਜੀ ਇਕੱਠੇ ਖੇਡਦੇ ਸਨ। ਮਹਾਰਾਜ ਕਹਿ ਰਹੇ ਨੇ ਇਹ ਤਾਂ ਰਾਸਾਂ ਪਾ ਰਹੇ ਨੇ। ਗੋਪਾਲ ਕਹਿੰਦੇ ਨੇ ਗਊਆਂ ਨੂੰ ਪਾਲਣ ਵਾਲੇ, ਗਊ ਚਰਾਉਣ ਵਾਲੇ, ਜਿਹੜੇ ਕ੍ਰਿਸ਼ਨ ਜੀ ਦੇ ਸਾਥੀ ਸਨ ਹੋਰ। ਅਤੇ ਗੁਜਰੀਆਂ, ਬਹੁਤ ਸਾਰੀਆਂ ਗੁਜਰੀਆਂ ਸੀ ਜਿਨ੍ਹਾਂ ਨੂੰ ਗੋਪੀਆਂ ਕਹਿੰਦੇ ਸੀ। ਇਹ ਸਾਰੇ ਆਪਸ ਵਿੱਚ ਰਾਸਾਂ ਵੀ ਪਾਉਂਦੇ ਸੀ, ਨੱਚਦੇ ਖੇਡਦੇ ਵੀ ਸੀ, ਔਰ ਸ਼੍ਰੀ ਕ੍ਰਿਸ਼ਨ ਜੀ ਨੇ ਰਾਸਾਂ ਪਾਈਆਂ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ। ਪਾਉਣ ਪਾਣੀ ਅਤੇ ਬੈਸੰਤਰ, ਅੱਗ ਨੂੰ ਕਹਿੰਦੇ ਨੇ ਪਾਉਣ ਪਾਣੀ ਅਤੇ ਅੱਗ। ਇਹ ਸਾਰੇ ਦੇ ਸਾਰੇ ਮਹਾਰਾਜ ਕਹਿੰਦੇ ਨੇ ਗਹਿਣੇ ਨੇ, ਇਹਨਾਂ ਗੋਪੀਆਂ ਨੇ ਪਹਿਨੇ ਹੋਏ ਰਾਸਾਂ ਪਾਉਣ ਵਾਸਤੇ। ਚੰਦ ਸੂਰਜ ਅਵਤਾਰ, ਚੰਦਰਮਾ ਔਰ ਸੂਰਜ ਦੋਨੇ ਅਵਤਾਰ ਨੇ, ਉਹਨਾਂ ਦੇ ਮੌਜੂਦਗੀ ਦੇ ਅੰਦਰ ਇਹ ਰਾਸਾਂ ਪੈ ਰਹੀਆਂ ਨੇ। ਸਗਲੀ ਧਰਤੀ ਮਾਲ ਧਨ, ਜਿੰਨੀ ਵੀ ਧਰਤੀ ਹੈ, ਇਸ ਧਰਤੀ ਦੇ ਉੱਪਰ ਜਿਤਨੇ ਵੀ ਸਾਜੋ ਸਮਾਨ ਨੇ, ਪਦਾਰਥ ਨੇ, ਰਸ ਨੇ, ਵਸਤੂਆਂ ਨੇ, ਇਹ ਸਾਰੇ ਦੇ ਸਾਰਾ ਸਾਜੋ ਸਮਾਨ ਉਹਨਾਂ ਰਾਸਧਾਰੀਆਂ ਦਾ ਰਾਸਾਂ ਪਾਉਣ ਵਾਲਾ ਸਾਜੋ ਸਮਾਨ ਹੈ। ਇਹਨਾਂ ਸਾਜੋ ਸਮਾਨ ਦੇ ਨਾਲ ਉਹ ਰਾਸਧਾਰੀਏ ਰਾਸ ਪਾਉਂਦੇ ਨੇ ਇਹਨਾਂ ਦਾ ਇਸਤੇਮਾਲ ਕਰਕੇ। ਸਗਲੀ ਧਰਤੀ ਮਾਲ ਧਨ ਵਰਤਣ ਸਗਲ ਜੰਜਾਲ, ਅਤੇ ਸੰਸਾਰ ਦੇ ਜਿਤਨੇ ਵੀ ਕੰਮ ਧੰਦੇ ਨੇ, ਜਿਤਨੇ ਵੀ ਕੰਮ ਧੰਦੇ ਨੇ, ਸਤਿਗੁਰੂ ਜੀ ਕਹਿ ਰਹੇ ਨੇ ਇਹ ਸਾਰੇ ਵਰਤਣ ਵਾਲੇ ਵਾਲੇ ਰਾਸਾਂ ਪਾਉਣ ਵਾਸਤੇ। ਹੁਣ ਗੱਲ ਰਹੀ ਇਹ ਨਾਨਕ ਮੁੱਸ ਹੈ ਗਿਆਨ ਵੇ ਹੋਣੀ, ਸਾਰਾ ਸੰਸਾਰ, ਸੰਸਾਰ ਦੇ ਸਾਰੀਆਂ ਵਸਤੂਆਂ ਰਾਸਾਂ ਪਾ ਰਹੀਆਂ ਨੇ, ਡਰਾਮਾ ਕਰ ਰਹੀਆਂ ਨੇ, ਕੌਤਕ ਖੇਡਾਂ ਕਰ ਰਹੀਆਂ ਨੇ, ਚੋਜਾਂ ਕਰ ਰਹੀਆਂ ਨੇ, ਇਹਨਾਂ ਚੋਜਾਂ ਵਿੱਚ ਹੀ ਸਾਰੇ ਮਸਤ ਨੇ। ਨਾਨਕ ਮੁੱਸੈ ਗਿਆਨ ਵਿਹੂਣੀ, ਜਿਹੜੀ ਜੀਵ ਰੂਪੀ ਇਸਤਰੀ ਗਿਆਨ ਤੋਂ ਵਿਹੂਣੀ ਰਹਿ ਗਈ, ਇਹ ਸਮਝ ਨਾ ਸਕੀ ਮੈਂ ਦੁਨੀਆਂ 'ਤੇ ਕਿਉਂ ਆਇਆ, ਮੈਨੂੰ ਕੀ ਕਰਨਾ ਚਾਹੀਦਾ ਸੀ, ਔਰ ਕਿਸ ਤਰ੍ਹਾਂ ਕਰਕੇ ਮੇਰੇ ਜੀਵਨ ਦੀ ਸਫਲਤਾ ਹੋਏਗੀ, ਜੋ ਇਸ ਗਿਆਨ ਤੋਂ ਵਾਂਝੀ ਰਹਿ ਗਈ। ਮਹਾਰਾਜ ਕਹਿੰਦੇ ਮੁੱਸੈ, ਉਹ ਤਾਂ ਠੱਗੀ ਗਈ, ਉਹ ਤਾਂ ਡਰਾਮਾ ਹੀ ਦੇਖਦੀ ਰਹਿ ਗਈ। ਨਾਨਕ ਮੁੱਸੈ ਗਿਆਨ ਵਿਹੂਣੀ,
ਇਹ ਗਿਆਨ ਵੀ ਹੋਣੀ ਲੁਕਾਈ ਠੱਗੀ ਗਈ, ਜਿਹੜੀ ਠੱਗੀ ਗਈ ਖਾਏ ਗਿਆ ਜਮਕਾਲ, ਕਾਲ ਰੂਪੀ ਜਮ ਉਸਨੂੰ ਖਾ ਗਿਆ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਖਾਏ ਗਿਆ ਜਮਕਾਲ, ਕਾਲ ਰੂਪੀ ਜਮ ਉਸਨੂੰ ਨਿਗਲ ਗਿਆ, ਖਾ ਗਿਆ। ਔਰ ਜਿਹੜੀ ਜੀਵ ਰੂਪੀ ਇਸਤਰੀ ਨੂੰ ਗਿਆਨ ਹੋ ਗਿਆ ਕਿ ਮੈਂ ਕਿਉਂ ਆਇਆ ਸੰਸਾਰ 'ਤੇ, ਮੈਨੂੰ ਕੀ ਕਰਨਾ ਚਾਹੀਦਾ ਹੈ, ਇਹ ਮੇਰਾ ਜਨਮ ਕਿਸ ਤਰ੍ਹਾਂ ਸਫਲ ਹੋ ਸਕੇਗਾ, ਜਿਹਨੇ ਇਹ ਗਿਆਨ ਹਾਸਲ ਕਰ ਲਿਆ, ਮਹਾਰਾਜ ਕਹਿੰਦੇ ਉਹ ਤਾਂ ਨਹੀਂ ਠੱਗੀ ਜਾ ਸਕਦੀ, ਉਹਨੂੰ ਜਮਕਾਲ ਵੀ ਨਹੀਂ ਖਾ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਸਲੋਕ ਵਿੱਚ ਇਹ ਉਪਦੇਸ਼ ਦੇ ਰਹੇ ਹਨ ਸਾਨੂੰ। ਅਗਲੇ ਸਲੋਕ ਵਿੱਚ ਵਾਇਨ ਚੇਲੇ ਨੱਚਣ ਗੁਰ, ਹੁਣ ਰਾਸ ਪੈ ਰਹੀ ਹੈ ਨਾ, ਚੇਲੇ ਸਾਜ ਵਜਾ ਰਹੇ ਨੇ ਅਤੇ ਉਹਨਾਂ ਚੇਲਿਆਂ ਦੇ ਗੁਰੂ ਨੱਚ ਰਹੇ ਨੇ, ਜਿਹੜੇ ਸ੍ਰੇਸ਼ਟ ਨੇ ਗੁਰੂ ਬੜੇ ਨੇ, ਮੰਤਰੀ ਸੰਤਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਹੜੇ ਨੇ ਗੁਰੂ, ਕਿਹੜੇ ਵੱਡੇ ਡਰਾਮੇ ਕਿਹੜੇ ਕਰ ਰਹੇ ਨੇ। ਚੇਲੇ ਸਾਜ ਵਜਾ ਰਹੇ ਨੇ, ਗੁਰੂ ਨੱਚ ਰਹੇ ਨੇ। ਵਾਇਨ ਚੇਲੇ ਨੱਚਣ ਗੁਰ, ਪੈਰ ਹਿਲਾਇਨ ਫੇਰਨ ਸਿਰ, ਪੈਰ ਹਿਲਾਉਂਦੇ ਨੇ ਕਦੇ ਸਿਰ ਘੁੰਮਾਉਂਦੇ ਨੇ, ਇਸ ਤਰ੍ਹਾਂ ਦੀਆਂ ਖੇਡਾਂ ਕਰ ਰਹੇ ਨੇ। ਫਿਰ ਉੱਡ ਉੱਡ ਰਾਵਾ ਝਾਟੇ ਪਾਏ, ਜਦੋਂ ਨੱਚਦੇ ਨੇ ਤਾਂ ਮਿੱਟੀ ਉੱਡਦੀ ਹੈ, ਧੂੜ ਉੱਡਦੀ ਹੈ, ਉੱਡ ਉੱਡ ਕੇ ਉਹਨਾਂ ਦੇ ਝਾਟਿਆਂ 'ਚ ਪੈ ਰਹੀ ਹੈ, ਉਹਨਾਂ ਦੇ ਸਿਰਾਂ 'ਚ ਪੈ ਰਹੀ ਹੈ, ਉਹਨਾਂ ਦੇ ਕੇਸਾਂ 'ਚ ਪੈ ਰਹੀ ਹੈ। ਉੱਡ ਉੱਡ ਰਾਵਾ ਝਾਟੇ ਪਾਏ, ਵੇਖੇ ਲੋਕ ਹੱਸੇ ਕਰ ਜਾਏ, ਜਿਹੜੇ ਡਰਾਮਾ ਵੇਖਣ ਵਾਸਤੇ ਆਏ ਨੇ, ਰਾਸਾਂ ਵੇਖਣ ਵਾਸਤੇ ਆਏ ਨੇ, ਵੇਖ ਵੇਖ ਕੇ ਹੱਸਦੇ ਨੇ, ਘਰ ਜਾ ਕੇ ਵੀ ਹੱਸਦੇ ਨੇ, ਫਿਰ ਉਹਨਾਂ ਦੀਆਂ ਹੀ ਗੱਲਾਂ ਕਰਦੇ ਨੇ, ਉਹਨੇ ਇਸ ਤਰ੍ਹਾਂ ਨੱਚਿਆ, ਉਹਨੇ ਇਸ ਤਰ੍ਹਾਂ ਨੱਚਿਆ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਵੇਖੇ ਲੋਕ ਹੱਸੇ ਕਰ ਜਾਏ। ਔਰ ਉਹ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਕਰਦੇ ਨੇ, ਰੋਟੀਆਂ ਕਾਰਨ ਪੂਰੇ ਤਾਲ, ਉਹ ਤਾਂ ਰੋਟੀਆਂ ਦੇ ਟੁਕੜਿਆਂ ਵਾਸਤੇ ਤਾਲ ਪੂਰਦੇ ਨੇ, ਤਾਲ ਵਜਾਉਂਦੇ ਨੇ, ਉਹਨਾਂ ਦਾ ਤਾਂ ਰੋਜ਼ੀ ਰੋਟੀ ਦਾ ਗੁਜ਼ਾਰਾ ਹੈ, ਉਹਦੇ ਵਾਸਤੇ ਉਹ ਕਰਦੇ ਨੇ। ਆਪ ਪਛਾੜੇ ਧਰਤੀ ਨਾਲ, ਆਪਣੇ ਸਰੀਰ ਨੂੰ ਜ਼ਮੀਨ ਨਾਲ ਪਟਕ ਪਟਕ ਕੇ ਮਾਰਦੇ ਨੇ, ਉਹ ਉਹਨਾਂ ਦੀ ਪ੍ਰੈਕਟਿਸ ਹੈ। ਇਸ ਚੀਜ਼ ਨੂੰ ਵੇਖ ਵੇਖ ਕੇ ਲੋਕ ਹੈਰਾਨ ਹੁੰਦੇ ਨੇ, ਹੱਸਦੇ ਨੇ। ਮਹਾਰਾਜ ਕਹਿ ਰਹੇ ਨੇ ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ, ਕਦੇ ਗੋਪੀਆਂ ਦਾ ਰੂਪ ਧਾਰ ਕੇ ਗਾਉਂਦੇ ਨੇ, ਮਹਾਰਾਜ ਕਹਿ ਰਹੇ ਨੇ ਕਦੇ ਕ੍ਰਿਸ਼ਨ ਜੀ ਦਾ ਰੂਪ ਧਾਰ ਕੇ ਗਾਉਂਦੇ ਨੇ। ਗਾਵਨ ਸੀਤਾ ਰਾਜੇ ਰਾਮ, ਕਦੇ ਸੀਤਾ ਦਾ ਰੂਪ ਧਾਰਨ ਕਰ ਲੈਂਦੇ, ਕਦੇ ਰਾਮ ਚੰਦਰ ਜੀ ਦਾ ਰੂਪ ਧਾਰਨ ਕਰ ਲੈਂਦੇ ਨੇ, ਇਸ ਤਰ੍ਹਾਂ ਗਾਉਂਦੇ ਨੇ, ਉਹਨਾਂ ਦੀ ਭਾਸ਼ਾ ਬੋਲਣ ਦੀ ਕੋਸ਼ਿਸ਼ ਕਰਦੇ ਨੇ। ਨਿਰਭਉ ਨਿਰੰਕਾਰ ਸਚਨਾਮ, ਨਿਰਭਉ ਇੱਕ ਨਿਰੰਕਾਰ ਹੈ ਜਿਹਨੂੰ ਕਿਸੇ ਦਾ ਭੈ ਨਹੀਂ, ਉਹਦਾ ਨਾਮ ਸੱਚ ਹੈ, ਸਦੀਵੀ ਹੈ। ਜਾਂ ਕਾ ਕੀਆ ਸਗਲ ਜਹਾਨ, ਜਿਸ ਦੀ ਰਚਨਾ ਕੀਤੀ ਹੋਈ ਹੈ ਇਹ ਸਾਰੇ ਦਾ ਸਾਰਾ ਜਹਾਨ, ਜਿਹਨੇ ਬਣਾਇਆ ਹੋਇਆ। ਸੇਵਕ ਸੇਵਹਿ ਕਰਮ ਚੜਾਓ, ਮਹਾਰਾਜ ਕਹਿੰਦੇ ਜਿਹੜੇ ਉਹਦੇ ਸੇਵਕ ਬਣ ਕੇ ਉਹਦੀ ਸੇਵਾ ਕਰਦੇ ਨੇ, ਉਹਦਾ ਸਿਮਰਨ ਕਰਦੇ ਨੇ, ਉਹਦੀ ਬਖਸ਼ਿਸ਼ ਦੇ ਨਾਲ ਕਰਮ ਚੜਾਓ। ਚੜਾਓ ਦਾ ਮਤਲਬ ਚੜ੍ਹਦੀ ਕਲਾ, ਉਹਦੀ ਬਖਸ਼ਿਸ਼ ਨਾਲ ਚੜ੍ਹਦੀ ਕਲਾ ਹੋ ਜਾਂਦੀ ਹੈ ਉਹਨਾਂ ਦੀ, ਜਿਹੜੇ ਸੇਵਕ ਬਣ ਕੇ ਉਹਦੀ ਸੇਵਾ ਕਰਦੇ ਨੇ, ਉਹਦੀ ਬਖਸ਼ਿਸ਼ ਦੇ ਆ ਪਾਤਰ ਬਣ ਜਾਂਦੇ ਨੇ। ਭਿੰਨੀ ਰਹਿਣ ਜਿਹਨਾਂ ਮਨ ਚਾਓ, ਉਸ ਪਿਆਰੇ ਦਾ ਜਪ ਕਰਨ ਵਾਸਤੇ, ਉਸ ਪਿਆਰੇ ਦੀ ਸੇਵਾ ਕਰਨ ਵਾਸਤੇ ਜਿਹਨਾਂ ਦੇ ਮਨ ਵਿੱਚ ਚਾਓ ਪੈਦਾ ਹੋ ਜਾਏ, ਮਹਾਰਾਜ ਕਹਿ ਰਹੇ ਨੇ ਭਿੰਨੀ ਰਹਿਣ, ਇਹ ਜੀਵਨ ਰੂਪੀ ਰਾਤ ਹੈ ਨਾ ਜਿਹੜੀ, ਬੜੇ ਰਸ ਵਿੱਚ ਭਿੱਜੀ ਹੋਈ ਔਰ ਬੜੀ ਰਸੀਲੀ ਹੋ ਜਾਂਦੀ ਹੈ, ਸੁਆਮਣੀ ਹੋ ਜਾਂਦੀ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਹੁਣ ਸਿੱਖਿਆ ਸਿੱਖ ਲਈ ਕਿੱਥੋਂ, ਗੁਰ ਵਿਚਾਰ, ਗੁਰੂ ਦੇ ਵਿਚਾਰਾਂ ਤੋਂ, ਗੁਰੂ ਦੇ ਵਿਚਾਰਾਂ ਤੋਂ ਸਿੱਖਿਆ ਸਿੱਖ ਲਈ ਜੀਵਨ ਜੀਣ ਦੀ। ਨਦਰੀ ਕਰਮ ਲੰਘਾਏ ਪਾਰ, ਜਦੋਂ ਜੀਵਨ ਜੀਣ ਦੀ ਸਿੱਖਿਆ ਗੁਰੂ ਦੇ ਵਿਚਾਰਾਂ ਤੋਂ ਸਿੱਖ ਲਈ ਤਾਂ ਮਾਲਕ ਦੀ ਮਿਹਰ ਦੀ ਨਿਗਾਹ ਹੋ ਗਈ ਉਸ 'ਤੇ। ਨਦਰੀ ਕਰਮ ਲੰਘਾਏ ਪਾਰ, ਉਸਨੂੰ ਮਾਲਕ ਆਪਣੀ ਮਿਹਰ ਦੀ ਨਿਗਾਹ ਕਰਕੇ ਔਰ ਭਉ ਸਾਗਰ ਤੋਂ ਪਾਰ ਕਰ ਦਿੰਦਾ, ਸਾਰੇ ਜੰਜਾਲ ਵਿੱਚੋਂ ਕੱਢ ਲੈਂਦਾ। ਨਦਰੀ ਕਰਮ ਲੰਘਾਏ ਪਾਰ। ਬਾਕੀ ਰਹੀ ਗੱਲ ਇਹਨਾਂ ਰਾਸਾਂ ਪਾਉਣ ਵਾਲਿਆਂ ਦੀ, ਕੋਲੂ ਚਰਖਾ ਚੱਕੀ ਚੱਕ, ਥਲ ਵਰੋਲੇ ਬਹੁਤੇ ਅਨੰਤ, ਲਾਟੂ ਮਾਧਾਣੀਆਂ ਅਨਗਾ,
ਪੰਖੀ ਪਾਉਂਦੀਆਂ ਲੈਣ ਨਾ ਸਾਹ, ਭਵਾਟੀਆਂ ਲੈ ਲੈਣੀਆਂ ਘੁੰਮਣਾ, ਔਰ ਇਸ ਤਰ੍ਹਾਂ ਦੀਆਂ ਭਵਾਟੀਆਂ ਲੈ ਲੈਣੀਆਂ, ਫੇਰੀਆਂ ਲੈ ਕੇ ਨੱਚਣਾ, ਲੋਕ ਹੈਰਾਨ ਹੁੰਦੇ ਨੇ। ਇਹ ਘੁੰਮਣ ਦੇ ਨਾਲ, ਭਵਾਟੀਆਂ ਲੈਣ ਦੇ ਨਾਲ, ਫੇਰੀਆਂ ਲੈਣ ਦੇ ਨਾਲ ਮੁਕਤੀ ਨਹੀਂ ਆਉਂਦੀ, ਜੀਵਨ ਦਾ ਉਧਾਰ ਨਹੀਂ ਹੁੰਦਾ। ਗੁਰਦੇਵ ਪਾਤਸ਼ਾਹ ਕਹਿ ਰਹੇ ਨੇ, ਪਤ ਮਹਾਰਾਜ ਨੇ ਬਹੁਤ ਸਾਰੀਆਂ ਘੁੰਮਣ ਵਾਲੀਆਂ ਚੀਜ਼ਾਂ ਇੱਥੇ ਗਿਣੀਆਂ ਨੇ। ਕੋਹਲੂ, ਕੋਹਲੂ ਘੁੰਮਦਾ ਹੈ, ਚਰਖਾ, ਚਰਖਾ ਵੀ ਘੁੰਮਦਾ ਹੈ, ਚੱਕੀ, ਚੱਕੀ ਵੀ ਘੁੰਮਦੀ ਹੈ, ਚੱਕ, ਘੁੰਮਿਹਾਰ ਦਾ ਚੱਕ ਵੀ ਘੁੰਮਦਾ ਹੈ, ਥਲ ਵਰੋਲੇ, ਮਾਰੂ ਥਲਾਂ ਦੇ ਅੰਦਰ ਵਾਵਰੋਲੇ ਵੀ ਆਉਂਦੇ ਨੇ, ਉਹ ਵੀ ਘੁੰਮਦੇ ਹੋਏ ਆਉਂਦੇ ਨੇ। ਬਹੁਤ ਅਨੰਤ, ਘੱਟ ਨਹੀਂ ਇਹਨਾਂ ਦਾ, ਕੋਈ ਅੰਤ ਹੀ ਨਹੀਂ ਘੁੰਮਣ ਵਾਲੀ ਚੀਜ਼ਾਂ ਦਾ। ਲਾਟੂ ਮਧਾਣੀਆਂ ਅਨਗਾ, ਲਾਟੂ ਵੀ ਘੁੰਮਦੇ ਨੇ, ਮਧਾਣੀ ਵੀ ਘੁੰਮਦੀ ਹੈ, ਅਨਗਾ ਅੰਨ ਨੂੰ ਗਾਹਣ ਵਾਲੇ ਜਿਹੜੇ ਫਲੇ ਨੇ। ਪਹਿਲਾਂ ਕਣਕ ਗਾਹਣੀ ਪੈਂਦੀ ਸੀ, ਹੁਣ ਤਾਂ ਮਸ਼ੀਨਾਂ ਆ ਗਈਆਂ, ਫਲਿਆਂ ਦੇ ਨਾਲ ਅੰਨ ਕੱਢਣਾ ਪੈਂਦਾ, ਦਾਣੇ ਕੱਢਣੇ ਪੈਂਦੇ ਸੀ, ਉਹਨੂੰ ਫਲਾ ਕਹਿੰਦੇ ਨੇ। ਅਨਗਾ ਉਹ ਵੀ ਘੁੰਮਦਾ ਸੀ। ਮਹਾਰਾਜ ਕਹਿ ਰਹੇ ਨੇ, ਪੰਖੀ ਪਾਉਂਦਿਆਂ ਲੈਣ ਨਾ ਸਾ, ਪੰਖੀ ਵੀ ਘੁੰਮਦੇ ਨੇ, ਭਵਾਟੀਆਂ ਲੈਂਦੇ ਨੇ, ਭੌਂਦੀਆਂ ਤਿਤਲੀਆਂ ਨੂੰ ਕਹਿੰਦੇ ਨੇ, ਸਾਰੇ ਨਹੀਂ ਲੈਣ ਲੱਗੇ, ਲੈਂਦੇ ਤਾਂ ਘੁੰਮਣ ਲੱਗਿਆ। ਮਹਾਰਾਜ ਕਹਿੰਦੇ, ਸੂਹੇ ਚਾੜ ਪਵਾਈਏ ਜੰਤ, ਸੂਹੇ 'ਤੇ ਚਾੜ ਕੇ ਬਹੁਤ ਸਾਰੇ ਯੰਤਰ ਘੁੰਮਾਏ ਜਾਂਦੇ ਨੇ ਘੁੰਮਣ ਵਾਲੀਆਂ ਚੀਜ਼ਾਂ। ਨਾਨਕ ਭੌਂਦਿਆਂ ਗਣਤ ਨਾਂਤ, ਘੁੰਮਣ ਵਾਲਿਆਂ ਦੀ ਕਮੀ ਨਹੀਂ ਹੈ, ਬਹੁਤ ਸਾਰੇ ਘੁੰਮਣ ਵਾਲੀਆਂ ਚੀਜ਼ਾਂ ਘੁੰਮ ਰਹੀਆਂ ਨੇ, ਗੇੜੇ 'ਤੇ ਗੇੜੇ ਦੇਈ ਜਾ ਰਹੀਆਂ ਨੇ, ਭਵੰਟੀਆਂ ਲਈ ਜਾ ਰਹੇ ਨੇ, ਮੁਕਤੀ ਥੋੜ੍ਹੀ ਹੋ ਜਾਏਗੀ, ਉਧਾਰ ਥੋੜ੍ਹੀ ਹੋ ਜਾਏਗਾ। ਗੁਰੂ ਜੀ ਕਹਿ ਰਹੇ ਨੇ, ਬੰਧਨ ਬੰਧ ਪਵਾਏ ਸੋਏ, ਕਹਿੰਦੇ ਨੇ ਪਰਮਾਤਮਾ ਨੇ ਵੀ ਇਸੇ ਤਰ੍ਹਾਂ ਦੁਨੀਆਂ ਦੇ ਲੋਕਾਂ ਨੂੰ ਮਾਇਆ ਦੇ ਬੰਧਨ ਵਿੱਚ ਬੰਨ੍ਹ ਕੇ ਨਾ ਘੁੰਮਾਇਆ ਹੋਇਆ ਹੈ, ਘੁੰਮ ਰਹੇ ਨੇ ਸਾਰੇ, ਭਵਾਂਟੀਆਂ ਲੈ ਰਹੇ ਨੇ ਸਾਰੇ। ਬੰਧਨ ਬੰਧ ਪਵਾਏ ਸੋਏ, ਪਏ ਕਿਰਤ ਨਚੇ ਸਭ ਕੋਏ, ਆਪਣੇ ਕੀਤੇ ਕਰਮਾਂ ਅਨੁਸਾਰ ਬੰਧਨਾਂ 'ਚ ਪੈ ਗਏ। ਪਏ ਕਿਰਤ ਨਚੇ ਸਭ ਕੋਏ, ਨੱਚ ਰਹੇ ਨੇ ਸਭ ਮਾਇਆ ਦੇ ਹੱਥਾਂ ਵਿੱਚ। ਨੱਚ ਨੱਚ ਹੱਸੇ ਚੱਲੇ ਸੇ ਰੋਏ, ਜਿਹੜੇ ਨੱਚ ਨੱਚ ਕੇ ਹੱਸਦੇ ਨੇ ਨਾ, ਮਹਾਰਾਜ ਕਹਿ ਰਹੇ ਨੇ, ਜਦੋਂ ਦੁਨੀਆਂ ਤੋਂ ਕੂਚ ਕਰ ਦੇਣਗੇ ਨਾ, ਰੋਂਦੇ ਹੀ ਜਾਣਗੇ, ਰੋਂਦੇ ਹੀ, ਹੁਣ ਤਾਂ ਹੱਸ ਰਹੇ ਨੇ। ਨੱਚ ਨੱਚ ਹੱਸੇ ਚੱਲੇ ਸੇ ਰੋਏ, ਜਦੋਂ ਚਲਾਉਣਾ ਹੋਏਗਾ ਉਦੋਂ ਰੋਂਦੇ ਹੀ ਜਾਣਗੇ, ਕੁਰਲਾਉਂਦੇ ਹੀ ਜਾਣਗੇ। ਉੱਡ ਨਾ ਜਾਹੀ ਸਿੱਧ ਨਾ ਹੋਏ, ਮਹਾਰਾਜ ਕਹਿ ਰਹੇ ਨੇ, ਕੋਈ ਉਡਾਰੀ ਮਾਰ ਕੇ ਸਫਲਤਾ ਨੂੰ ਹਾਸਲ ਨਹੀਂ ਕਰ ਲੈਣਗੇ, ਕੋਈ ਵੱਡਾ ਮੁਕਾਮ ਨਹੀਂ ਪ੍ਰਾਪਤ ਕਰ ਸਕਣਗੇ। ਉੱਡ ਨਾ ਜਾਹੀ ਸਿੱਧ ਨਾ ਹੋਏ, ਸਿੱਧ ਨਹੀਂ ਬਣ ਸਕਦੇ ਹੁਣ, ਇਹ ਡਰਾਮੇ ਕਰਦੇ ਰਹੇ ਨੇ, ਡਰਾਮੇ ਵੇਖਦੇ ਰਹੇ ਨੇ, ਅਤੇ ਸਤਿਗੁਰੂ ਜੀ ਕਹਿ ਰਹੇ ਨੇ, ਕੋਈ ਸਿੱਧੀ ਹੱਥ ਨਹੀਂ ਲੱਗੇਗੀ, ਕੋਈ ਸਫਲਤਾ ਹੱਥ ਨਹੀਂ ਲੱਗੇਗੀ। ਨੱਚ ਨੱਚ ਹੱਸੇ ਚੱਲੇ ਸੇ ਰੋਏ, ਉੱਡ ਨਾ ਜਾਹੀ ਸਿੱਧ ਨਾ ਹੋਏ। ਅਤੇ ਮਹਾਰਾਜ ਇਹ ਨੱਚਣਾ ਕੁੱਦਣਾ ਹੈ ਕੀ? ਮਹਾਰਾਜ ਕਹਿੰਦਾ, ਨੱਚਣ ਕੁੱਦਣ ਮਨ ਕਾ ਚਾਉ, ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਇਹ ਨੱਚਣਾ ਕੁੱਦਣਾ ਤਾਂ ਮਨ ਦਾ ਪਰਚਾਉ ਹੈ, ਮਨ ਦੀ ਖੁਸ਼ੀ ਹੈ। ਨਾਨਕ ਜਿਨ ਮਨ ਭਾਉ, ਹੇ ਨਾਨਕ, ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਡਰ ਹੈ, ਭੈ ਹੈ, ਤਿੰਨਾਂ ਮਨ ਭਾਉ, ਉਹਨਾਂ ਦੇ ਮਨ ਵਿੱਚ ਹੀ ਪਰਮਾਤਮਾ ਦਾ ਪ੍ਰੇਮ ਪੈਦਾ ਹੋਏਗਾ। ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਭੈ ਹੈ, ਉਹਨਾਂ ਦੇ ਅੰਦਰ ਹੀ ਪਰਮਾਤਮਾ ਦਾ ਪ੍ਰੇਮ ਪੈਦਾ ਹੋਏਗਾ, ਪਰਮਾਤਮਾ ਦਾ ਭਾਉ ਪੈਦਾ ਹੋਏਗਾ। ਔਰ ਭਾਉ ਨਾ ਪੈਦਾ ਹੋਇਆ, ਭਗਵਾਨ ਨਹੀਂ ਮਿਲੇਗਾ। ਮਹਾਰਾਜ ਕਹਿ ਰਹੇ ਨੇ, ਭਾਉ ਬਿਨਾਂ ਭਗਤ ਨਾ ਹੋਏ ਤੇਰੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ, ਭਾਉ ਤੋਂ ਬਿਨਾਂ ਭਗਤੀ ਕਬੂਲ ਨਹੀਂ ਹੈ। ਭਾਵਨਾ ਵਾਲੀ ਭਗਤੀ, ਭਾਵਨਾ, ਸ਼ਰਧਾ, ਪ੍ਰੇਮ, ਅਤੇ ਜਿਨ੍ਹਾਂ ਦੇ ਅੰਦਰ ਰੱਬ ਦਾ ਡਰ ਹੀ ਨਹੀਂ ਹੈ, ਭੈ ਹੀ ਨਹੀਂ ਹੈ, ਜੋ ਰੱਬ ਤੋਂ ਹੀ ਨਹੀਂ ਡਰਦੇ, ਉਹਨਾਂ ਦੇ ਅੰਦਰ ਪ੍ਰੇਮ ਕਿੱਥੋਂ ਪੈਦਾ ਹੋ ਜਾਏਗਾ? ਉਹ ਪ੍ਰੇਮੀ ਕਿਸ ਤਰ੍ਹਾਂ ਬਣ ਜਾਣਗੇ? ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਗੱਲ ਸਾਨੂੰ ਸਮਝਾਉਣਾ ਕਰ ਰਹੇ ਸਨ। ਦੋ ਕੁ ਮਿੰਟ ਹੋਰ ਲਵਾਂ, ਤੁਹਾਡੇ ਪੌੜੀ ਕੰਪਲੀਟ ਕਰੀਏ। ਪੌੜੀ, ਨਾ ਉਹ ਤੇਰਾ ਨਿਰੰਕਾਰ ਹੈ ਨਾ ਹੀ ਲਏ ਹੈ, ਨਰਕ ਨਾ ਜਾਈਏ। ਹੇ ਮੇਰੇ ਪ੍ਰਭੂ ਪਰਮੇਸ਼ਵਰ ਵਾਹਿਗੁਰੂ, ਤੂੰ ਨਿਰੰਕਾਰ ਹੈ, ਤੇਰਾ ਨਾਮ ਨਿਰਾਕਾਰ ਹੈ,
ਜਿਹੜਾ ਵੀ ਮਨੁੱਖ ਲੈ ਲੈਂਦਾ ਹੈ ਤੇਰਾ ਨਾਂ ਨਰਕ ਨਾ ਪਾਈਏ, ਉਹਨੂੰ ਕਦੇ ਨਰਕਾਂ ਵਿੱਚ ਨਹੀਂ ਪਾਇਆ ਜਾ ਸਕਦਾ। ਨਾਂ ਤੇਰਾ ਨਿਰੰਕਾਰ ਹੈ, ਨਾਏ ਲਿਐ ਨਰਕ ਨਾ ਜਾਈਏ। ਜੀਉ ਪਿੰਡ ਸਭ ਤਿਸਦਾ ਦੇ ਖਾਜੇ ਆਖ ਗਵਾਈ ਹੈ। ਇਹ ਜੀਉ ਪਿੰਡ ਜਿਹੜਾ ਨਾ, ਇਹ ਤੁਸੀਂ ਦਿੱਤਾ ਹੈ, ਤੁਹਾਡਾ ਬਣਾਇਆ ਹੋਇਆ ਹੈ। ਜੀਉ ਪਿੰਡ ਸਭ ਤਿਸਦਾ ਦੇ ਖਾਜੇ ਆਖ ਗਵਾਈ ਹੈ। ਇਹਨੂੰ ਖਾਣ ਵਾਸਤੇ ਦੇਣ ਵਾਲਾ ਤੂੰ ਹੈ, ਤੂੰ ਦਿੰਦਾ ਹੈ ਤੇ ਖਾਂਦਾ ਹੈ। ਦੇ ਖਾਜੇ ਆਖ ਗਵਾਈ ਹੈ, ਕਿਤਨਾ ਦਿੰਦਾ ਹੈ ਖਾਣਾ, ਆਖ ਗਵਾਈਏ, ਕਹਿਣਾ ਵੀ ਵਿਅਰਥ ਹੈ, ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ। ਜੇ ਲੋੜ ਹੈ ਚੰਗਾ ਆਪਣਾ, ਮਹਾਰਾਜ ਨੇ ਸਲਾਹ ਦਿੱਤੀ ਹੈ ਹੁਣ ਇੱਕ, ਜੇ ਤੂੰ ਚਾਹੁੰਦਾ ਤੇਰਾ ਚੰਗਾ ਹੋ ਜਾਏ, ਕੁਛ ਤੇਰਾ ਕੁਝ ਭਲਾ ਹੋ ਜਾਏ, ਜੇ ਤੂੰ ਚਾਹੁੰਦਾ ਹੈ। ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈ, ਕਰ ਪੁੰਨੋ, ਬਹੁਤ ਵਧੀਆ ਵਧੀਆ ਕੰਮ ਕਰ, ਪੁੰਨੋ ਦਾ ਬਹੁਤ ਚੰਗੇ ਚੰਗੇ ਕੰਮ ਕਰ, ਉੱਚੇ ਉੱਚੇ ਕੰਮ ਕਰ, ਔਰ ਆਪਣੇ ਆਪ ਨੂੰ ਊਚ ਨਾ ਸਦਵਾ। ਕੰਮ ਵੱਡੇ ਵੱਡੇ ਕਰ, ਆਪਣੇ ਨੂੰ ਛੋਟਾ ਸਮਝ। ਕੰਮ ਚੰਗੇ ਚੰਗੇ ਕਰ, ਆਪਣੇ ਨੂੰ ਮਾੜਾ ਸਦਵਾ। ਮਹਾਰਾਜ ਕਹਿ ਰਹੇ ਨੇ ਆਪਣੇ ਆਪ ਨੂੰ ਬੁਰਾ ਸਦਵਾ। ਬਾਣੀ 'ਚ ਮਹਾਰਾਜ ਨੇ ਜੁਗਤੀ ਦੱਸੀ ਹੈ, ਨਾਨਕ ਨੀਚ ਕਹਿ ਵਿਚਾਰ। ਆਪਣੇ ਆਪ ਨੂੰ ਸਤਿਗੁਰੂ ਨੇ ਕਿਤਨਾ ਨਿਮਰਤਾ ਵਿੱਚ ਲੈ ਕੇ ਆਉਂਦਾ ਹੈ, ਕਿਤਨਾ ਥੱਲੇ ਲੈ ਕੇ ਆਉਂਦਾ। ਮਹਾਰਾਜ ਕਹਿ ਰਹੇ ਨੇ ਕਰਪਨੋ, ਕੰਮ ਵੱਡੇ ਵੱਡੇ ਕਰ, ਚੰਗੇ ਚੰਗੇ ਕਰ, ਨੀਚ ਸਦਾਈ ਹੈ, ਆਪਣੀ ਵਡਿਆਈ ਨਾ ਕਰਾ ਲਈ। ਅਗਰ ਤੂੰ ਵਡਿਆਈ ਵੀ ਕਰਾ ਲਈ ਨਾਲ ਆਪਣੀ, ਤਾਂ ਮਹਾਰਾਜ ਕਹਿੰਦੇ ਫਿਰ ਤੇਰਾ ਭਲਾ ਨਹੀਂ ਹੋ ਸਕੇਗਾ, ਤੇਰਾ ਭਲਾ ਨਹੀਂ ਹੋ ਸਕੇਗਾ, ਤੇਰਾ ਚੰਗਾ ਨਹੀਂ ਹੋ ਸਕੇਗਾ। ਗੁਰਦੇਵ ਪਾਤਸ਼ਾਹ ਕਹਿ ਰਹੇ ਜੇ ਜਰਵਾਣਾ ਪਰ ਹਰੈ। ਮਹਾਰਾਜ ਕਹਿ ਰਹੇ ਨੇ ਜੇ ਕੋਈ ਤਾਕਤਵਰ ਮਨੁੱਖ ਐਸਾ ਯਤਨ ਕਰੇ ਕਿ ਮੈਂ ਬੁਢੇਪੇ ਨੂੰ ਨੇੜੇ ਨਹੀਂ ਆਉਣ ਦੇਵਾਂਗਾ, ਮੈਂ ਬੁਢੇਪੇ ਨੂੰ, ਕਮਜ਼ੋਰੀ ਨੂੰ ਨੇੜੇ ਨਹੀਂ ਆਉਣ ਦੇਵਾਂਗਾ, ਬੁਢੇਪਾ ਮੇਰੇ ਨੇੜੇ ਨਹੀਂ ਆ ਸਕਦਾ। ਬੜਿਆਂ ਨੇ ਯਤਨ ਕੀਤਾ, ਬਹੁਤ ਕਰ ਰਹੇ ਨੇ ਕਿ ਬੁਢੇਪਾ ਦੇਖਣਾ ਨਹੀਂ ਚਾਹੀਦਾ ਮੇਰੇ ਵਿੱਚ। ਮਹਾਰਾਜ ਕਹਿ ਰਹੇ ਨੇ ਜੇ ਜਰਵਾਣਾ ਪਰ ਹਰੈ, ਪਰ ਹਰੈ ਪਰੇ ਕਰ ਦੇਵੇ, ਬੁਢੇਪੇ ਨੂੰ ਦੂਰ ਕਰ ਦੇਵੇ ਆਪਣੇ ਤੋਂ। ਜਰਵੇਸ਼ ਕਰਨ ਦੀ ਆਈ ਹੈ ਤਾਂ ਇਹ ਨਾ ਸਮਝ ਲੈਣਾ ਬੁਢੇਪਾ ਦੂਰ ਹੋ ਜਾਏਗਾ, ਵਾਲਾਂ ਦਾ ਰੰਗ ਕਾਲਾ ਹੋ ਜਾਏਗਾ, ਲੇਕਿਨ ਬੁਢੇਪਾ ਹੋਰ ਕੋਈ ਰੂਪ ਲੈ ਕੇ ਤੇਰੇ 'ਤੇ ਪ੍ਰਗਟ ਹੋ ਜਾਏਗਾ, ਕੋਈ ਵੀ ਰੂਪ ਲੈ ਕੇ ਪ੍ਰਗਟ ਹੋ ਜਾਏਗਾ, ਮੌਤ ਦਾ ਰੂਪ ਲੈ ਕੇ ਪ੍ਰਗਟ ਹੋ ਜਾਏਗਾ। ਮਹਾਰਾਜ ਕਹਿ ਰਹੇ ਨੇ ਜਰਵੇਸ ਕਰਨ ਦੀ ਹੈ, ਜਰ ਕਹਿੰਦੇ ਨੇ ਬੁਢੇਪੇ ਨੂੰ। ਇਹ ਬੁਢੇਪਾ ਤਰ੍ਹਾਂ ਤਰ੍ਹਾਂ ਦੇ ਵੇਸ ਧਾਰ ਕੇ ਆ ਜਾਂਦਾ, ਔਰ ਇਹਨੂੰ ਆਉਣ ਵਾਸਤੇ ਬਹੁਤ ਪਤਲੀ ਜਿਹੀ ਗਲੀ ਚਾਹੀਦੀ ਹੈ, ਇਹਨੂੰ ਰੋਕ ਨਹੀਂ ਸਕਿਆ ਕੋਈ। ਜਿਨ੍ਹਾਂ ਨੂੰ ਸਮਝ ਆ ਗਈ ਨਾ, ਉਹ ਤਾਂ ਰੋਕਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਇਸ ਨੂੰ। ਉਹ ਕਹਿੰਦਾ ਯਾਰ ਅੱਧੀ ਕਾਲੀ ਹੋਈ ਹੈ, ਜੇ ਪੂਰੀ ਚਿੱਟੀ ਹੋ ਜਾਏ ਤਾਂ ਬੜਾ ਆਨੰਦ ਹੋਏਗਾ, ਅੱਧੀ ਹੋਈ ਹੈ ਅੱਧੀ ਪੂਰੀ ਹੋ ਜਾਏ। ਕਿਉਂ? ਇਹ ਸਭ ਕੁਛ ਉਹਦੇ ਹੁਕਮ 'ਚ ਖੇਡ ਚੱਲਦੀ ਹੈ। ਆਪਣੇ ਅੱਖ 'ਤੇ ਪਰਦਾ ਪਾਉਣ ਦੇ ਨਾਲ ਕੋਈ ਬੰਦਾ ਸੱਚਾਈ ਦਾ ਸਾਹਮਣਾ ਨਹੀਂ ਕਰ ਸਕਦਾ, ਆਪਣੇ ਅੱਖ 'ਤੇ ਪਰਦਾ ਪਾਉਣ ਨਾਲ ਆਪਣੇ ਨਾਲ ਧੋਖਾ ਕਰ ਰਿਹਾ, ਕਿਸੇ ਨਾਲ ਨਹੀਂ ਕਰ ਸਕਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਇਹ ਸਾਨੂੰ ਸਿੱਖਿਆ ਦੇ ਰਹੇ ਨੇ, ਜੇ ਜਰਵਾਣਾ ਪਰ ਹਰੈ, ਜਰਵੇਸ ਕਰੇ ਦੀ ਆਈਏ, ਕੋ ਰਹਿ ਨਾ ਭਰੀਏ ਪਾਈਏ। ਇਹ ਪਾਈਏ ਇਹ ਪਾਈਏ ਜਿਹੜੀ ਨਾ, ਇਹ ਪਾਈਏ ਭਰ ਜਾਏਗੀ ਨਾ, ਜਦੋਂ ਭਰ ਜਾਏਗੀ। ਮਹਾਰਾਜ ਕਹਿ ਰਹੇ ਨੇ ਇਹ ਪਾਈ ਜਦੋਂ ਭਰ ਜਾਏਗੀ, ਕੋ ਰਹਿ ਨਾ, ਕੋਈ ਜਿੰਦਾ ਨਹੀਂ ਰਹਿ ਸਕਦਾ। ਜਦੋਂ ਪਾਈ ਭਰ ਜਾਏਗੀ ਕੋਈ ਜਿੰਦਾ ਨਹੀਂ ਰਹਿ ਸਕਦਾ, ਸਵਾਸ ਲੈਣ ਦੀ ਗੁੰਜਾਇਸ਼ ਨਹੀਂ ਰਹਿ ਜਾਏਗੀ ਅੰਦਰ ਜਦੋਂ ਪਾਈ ਭਰ ਜਾਂਦੀ। ਕੋ ਰਹਿ ਨਾ ਭਰੀਏ ਪਾਈਏ, ਜਿਹਦੀ ਪਾਈ ਭਰ ਗਈ ਉਹਨੇ ਜਾਣਾ, ਉਹਦੇ ਲਈ ਹੁਕਮ ਆ ਗਿਆ।
ਸਤਿਗੁਰੂ ਕਹਿੰਦੇ ਨੇ ਭਾਵੇਂ ਸਾਰੀ ਦੁਨੀਆ ਉਸਨੂੰ ਜਵਾਨ ਸਮਝਦੀ ਰਹੇ। ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਸਲੋਕਾਂ ਵਿੱਚ ਬਹੁਤ ਸੁੰਦਰ ਸਿੱਖਿਆ ਸਾਨੂੰ ਦੇ ਰਹੇ ਸਨ। ਹੁਣ ਤੁਸੀਂ ਇਹ ਦੇਖ ਲਓ, ਕਾਮਨਾ ਤਾਂ ਕੀਤੀ ਜਾ ਸਕਦੀ ਹੈ, ਸ਼ੁਭ ਕਾਮਨਾ ਤਾਂ ਕਿਸੇ ਨੂੰ ਦਿੱਤੀ ਜਾ ਸਕਦੀ ਹੈ ਵੀ ਤੇਰਾ ਭਵਿਸ਼ ਉੱਜਲ ਹੋਏ, ਤੇਰਾ ਸਮਾਂ ਸੋਹਣਾ ਹੋਵੇ, ਤੇਰਾ ਸਮਾਂ ਚੰਗਾ ਗੁਜ਼ਰੇ। ਇਹ ਸ਼ੁਭ ਕਾਮਨਾ ਤਾਂ ਇੱਕ ਦੂਸਰੇ ਨੂੰ ਅਸੀਂ ਦੇ ਸਕਦੇ। ਨਵਾਂ ਸਾਲ ਸ਼ੁਰੂ ਹੋਣ ਜਾ ਰਿਹਾ, ਸੰਸਾਰ ਦੀ ਲੈਂਗੁਏਜ, ਸੰਸਾਰ ਦੀ ਭਾਸ਼ਾ ਦੇ ਮੁਤਾਬਕ, ਇਤਿਹਾਸ ਦੇ ਮੁਤਾਬਕ ਨਹੀਂ, ਇਤਿਹਾਸ ਦੇ ਮੁਤਾਬਕ, ਸਿੱਖਾਂ ਦੇ ਇਤਿਹਾਸ ਦੇ ਮੁਤਾਬਕ ਨਵਾਂ ਸਾਲ ਉਸ ਦਿਨ ਸ਼ੁਰੂ ਹੁੰਦਾ ਜਿਸ ਦਿਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੁੰਦਾ। ਜਿੱਦਣ ਗੁਰੂ ਨਾਨਕ ਸਾਹਿਬ ਪ੍ਰਗਟ ਹੁੰਦੇ ਨੇ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਉਸ ਦਿਨ ਤੋਂ ਨਵਾਂ ਸਾਲ ਸ਼ੁਰੂ ਹੋ ਗਿਆ। ਸਿੱਖਾਂ ਦੀ ਦੁਨੀਆ ਵਿੱਚ ਜਗਤ ਦੀ ਭਾਸ਼ਾ ਦੇ ਅੰਦਰ ਸੰਸਾਰ ਦੀ ਲੈਂਗੁਏਜ ਦੇ ਮੁਤਾਬਕ ਨਵਾਂ ਸਾਲ ਸ਼ੁਰੂ ਹੋਣ ਜਾ ਰਿਹਾ, ਤਾਂ ਚਲੋ ਸ਼ੁਭ ਕਾਮਨਾ ਅਸੀਂ ਵੀ ਦੇ ਦਿੰਦੇ ਹਾਂ। ਸ਼ੁਭ ਕਾਮਨਾ ਦੇਣਾ ਕੋਈ ਗੁਨਾਹ ਨਹੀਂ, ਸਮੇਂ ਵਾਸਤੇ ਸ਼ੁਭ ਕਾਮਨਾ ਦੇਣੀ ਚਾਹੀਦੀ, ਇੱਕ ਦੂਸਰੇ ਨੂੰ ਵਧਾਈਆਂ ਦੇਣੀਆਂ ਚਾਹੀਦੀਆਂ ਨੇ, ਇੱਕ ਦੂਸਰੇ ਨੂੰ ਗੱਲ ਨੂੰ ਸਮਝਣਾ ਚਾਹੀਦਾ, ਬਿਨਾਂ ਸਮਝਣ ਤੋਂ ਵਿਰੋਧ ਵੀ ਨਹੀਂ ਕਰਨਾ ਚਾਹੀਦਾ ਔਰ ਬਿਨਾਂ ਸਮਝਣ ਤੋਂ ਬਿਨਾਂ ਤਿਆਗ ਵੀ ਨਹੀਂ ਕਰਨਾ ਚਾਹੀਦਾ। ਸਮੇਂ 'ਤੇ ਆਉਣਾ, ਅਸੀਂ ਕਹੀਏ ਨਵਾਂ ਸਾਲ ਨਾ ਆਵੇ ਨਾ ਆਵੇ ਨਾ, ਸਾਰੇ ਮਿਲ ਕੇ ਕਹੀਏ ਨਾ ਆਵੇ ਨਾ ਆਵੇ, ਤਾਂ ਕੀ ਨਹੀਂ ਆਏਗਾ? ਕਿਉਂਕਿ ਸਾਡੇ ਹੱਥ ਵਿੱਚ ਨਹੀਂ ਹੈ ਕੁਛ ਵੀ, ਜਿਹਨੇ ਆਉਣਾ ਆਉਣਾ ਹੀ ਆਉਣਾ। ਹੁਣ ਸਾਰੇ ਪਕੜ ਕੇ ਬਹਿ ਜਾਓ ਪੁਰਾਣਾ ਸਾਲ ਨਾ ਜਾਵੇ ਨਾ ਜਾਵੇ, ਇਹਦੇ 'ਤੇ ਬੜੀਆਂ ਮੌਜਾਂ ਮਾਰੀਆਂ, ਇਹਦੇ 'ਚ ਤਾਂ ਨਾ ਜਾਵੇ, ਇਹਨੂੰ ਨਹੀਂ ਜਾਣ ਦੇਣਾ, ਨਹੀਂ ਜਾਏਗਾ ਕੋਈ, ਇੱਕ ਵੀ ਵਿਅਕਤੀ ਕਹਿ ਦੇਵੇ ਨਹੀਂ ਜਾਏਗਾ। ਤਾਂ ਜਾਣਾ ਅਤੇ ਆਉਣਾ ਸਾਡੇ ਹੱਥ ਵਿੱਚ ਨਹੀਂ ਹੈ, ਸਾਡੇ ਹੱਥ ਵਿੱਚ ਕੀ ਹੈ ਕਿ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾ ਲਈਏ। ਸਾਨੂੰ ਕੀ ਕਰਨਾ ਚਾਹੀਦਾ? ਵੱਧ ਤੋਂ ਵੱਧ ਇਹਦਾ ਫਾਇਦਾ ਲੈ ਲੈਣਾ ਚਾਹੀਏ। ਬਾਕੀ ਇਤਨਾ ਗੁਜ਼ਰ ਗਿਆ, ਸ਼ਾਇਦ ਉਹਦੇ 'ਚ ਇਤਨਾ ਨਹੀਂ ਲੈ ਸਕੇ, ਜਾਂਦਾ ਅਖੀਰਲਾ ਦਿਨ ਰਹਿ ਗਿਆ, ਅਖੀਰਲੇ ਦਿਨ 'ਚ ਵੱਧ ਤੋਂ ਵੱਧ ਫਾਇਦਾ ਉਠਾ ਲਓ, ਜ਼ਿਆਦਾ ਤੋਂ ਜ਼ਿਆਦਾ ਫਾਇਦਾ ਉਠਾ ਲਓ। ਵੱਧ ਤੋਂ ਵੱਧ ਭਗਤੀ ਕਰ ਲਓ, ਵੱਧ ਤੋਂ ਵੱਧ ਕੀਰਤਨ ਕਰ ਲਓ, ਵੱਧ ਤੋਂ ਵੱਧ ਸਤਸੰਗ ਕਰ ਲਓ, ਇੱਕ ਦੂਸਰੇ ਨੂੰ ਵੱਧ ਤੋਂ ਵੱਧ ਸ਼ੁਭਕਾਮਨਾ ਦਿਓ। ਨਵਾਂ ਆ ਰਿਹਾ, ਸ਼ੁਭਕਾਮਨਾ ਦਿਓ ਇੱਕ ਦੂਸਰੇ ਨੂੰ, ਵਧਾਈ ਦੇਣਾ ਕੋਈ ਗੁਨਾਹ ਨਹੀਂ, ਸ਼ੁਭਕਾਮਨਾ ਕਿਸੇ ਨੂੰ ਦੇ ਸਕਦੇ ਹੋ ਸਮੇਂ ਦੇ ਅੰਦਰ। ਪਰ ਇਹ ਧਿਆਨ ਰੱਖਣਾ, ਪੂਜਾ ਕਿਸ ਦੀ ਕਰਨੀ ਚਾਹੀਦੀ ਹੈ, ਇਹ ਜਾਗਰੂਕਤਾ ਸਾਡੇ ਅੰਦਰ ਹੋਣੀ ਚਾਹੀਦੀ ਹੈ। ਸਾਨੂੰ ਕਾਲ ਦੀ ਪੂਜਾ ਕਰਨੀ ਚਾਹੀਦੀ ਹੈ ਜਾਂ ਅਕਾਲ ਦੀ ਪੂਜਾ ਕਰਨੀ ਚਾਹੀਦੀ ਹੈ, ਬਸ ਇਸ ਗੱਲ ਦਾ ਧਿਆਨ ਦੇਣਾ। ਬਹੁਤ ਸਾਰੇ ਲੋਕ ਜਾਮ 'ਤੇ ਜਾਮ ਖੜਕਾ ਕੇ ਕਾਲ ਦੀ ਪੂਜਾ ਕਰ ਰਹੇ ਨੇ, ਕਾਲ ਵਸ ਹੋ ਰਹੇ ਨੇ। ਜਿਸ ਢੰਗ ਨਾਲ ਕਾਲ ਦੀ ਪੂਜਾ ਕਰੀਏ ਤਾਂ ਕਾਲ 'ਤੇ ਮਾਰਦਾ ਸਾਨੂੰ। ਮਹਾਰਾਜ ਕਹਿੰਦੇ ਦਿਨ 'ਤੇ ਪਹਿਰ, ਪਹਿਰ 'ਤੇ ਘਰੀਆਂ, ਆਉ ਘਟੈ ਤਨ ਛੀਜੈ, ਰੋਜ਼ ਮਾਰ ਰਿਹਾ ਸਾਨੂੰ, ਇੱਕ ਦਿਨ ਹਮੇਸ਼ਾ ਹੀ ਮਾਰ ਦੇਗਾ। ਸਾਰੀ ਉਮਰ ਮੈਂ ਸੂਰਜ ਦੀ ਪੂਜਾ ਕਰਦਾ ਰਿਹਾ, ਸੂਰਜ ਨੇ ਮੈਨੂੰ ਮਾਰ ਕੇ ਮਿਟਾ ਦਿੱਤਾ, ਤਾਂ ਫਿਰ ਫਾਇਦਾ ਕੀ ਹੋਇਆ ਮੇਰਾ ਪੂਜਾ ਕਰਨ ਦਾ? ਬਚਾਇਆ ਤਾਂ ਹੈ ਨਹੀਂ ਉਸਨੇ ਮੈਨੂੰ। ਇਸ ਲਈ ਗੁਰਮਤ ਕਹਿੰਦੀ ਹੈ ਉਸ ਦੀ ਪੂਜਾ ਕਰ ਜੋ ਅਕਾਲ ਹੈ। ਕਾਲ ਵਿੱਚੋਂ ਨਿਕਲ ਕੇ ਅਕਾਲ ਵਿੱਚ ਕਿੱਦਾਂ ਜਾਈਦਾ? ਸਤਸੰਗ ਵਿੱਚ ਬੈਠ ਕੇ ਜਦੋਂ ਮਨ ਕਰਕੇ ਬਾਣੀ ਪੜ੍ਹੇਗਾ ਤੂੰ ਕਾਲ ਵਿੱਚੋਂ ਨਿਕਲ ਕੇ ਅਕਾਲ ਵਿੱਚ ਚਲਾ ਜਾਏਗਾ। ਮਨ ਕਰਕੇ ਕੀਰਤਨ ਸੁਣੇਗਾ, ਕਾਲ ਵਿੱਚੋਂ ਨਿਕਲ ਕੇ ਅਕਾਲ ਵਿੱਚ ਚਲਾ ਜਾਏਗਾ, ਚਾਹੇ ਥੋੜ੍ਹੀ ਦੇਰ ਵਾਸਤੇ ਵੀ ਚਲਾ ਜਾਏ। ਗੁਰੂ ਮਹਾਰਾਜ ਪਤਾ ਕੀ ਕਹਿੰਦੇ? ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਏਕ ਚਿੱਤ ਜਹੈਂ ਏਕ ਛਿੰਨ ਧਿਆਇਓ, ਸਮੇਂ ਦਾ ਚਿੱਤ ਛਿੰਨ ਸਮੇਂ ਦਾ ਨਾਮ ਹੈ। ਏਕ ਚਿੱਤ ਜਹੈਂ ਏਕ ਛਿੰਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਫਾਂਸ ਕਹਿੰਦੇ ਨੇ ਪਕੜ ਨੂੰ, ਜਾਲ ਨੂੰ, ਕਾਲ ਦੀ ਪਕੜ ਵਿੱਚ ਨਹੀਂ ਆਏਗਾ, ਕਾਲ ਦੀ ਫਾਂਸ ਵਿੱਚ ਨਹੀਂ ਆਏਗਾ, ਕਾਲ ਦੇ ਜਾਲ ਵਿੱਚ ਨਹੀਂ ਰਹਿ ਸਕੇਗਾ, ਨਿਕਲ ਜਾਏਗਾ, ਅਕਾਲ ਵਿੱਚ ਪਹੁੰਚ ਜਾਏਗਾ। ਔਰ ਜੋ ਅਕਾਲ ਵਿੱਚ ਪਹੁੰਚ ਗਿਆ ਉਹ ਮੁਕਤ ਹੈ, ਜਨਮ ਮਰਨ ਤੋਂ ਰਹਿਤ ਹੈ, ਉਹਦੇ ਵਿੱਚ ਪਹੁੰਚ ਗਿਆ, ਉਹਦਾ ਰੂਪ ਹੋ ਗਿਆ। ਤਾਂ ਗੁਰੂ ਕੀ ਬਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਇਹ ਸਿੱਖਿਆ ਦਿੰਦੇ ਨੇ, ਇਹ ਸਿਖਾਉਂਦੇ ਨੇ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਤਿੰਨ ਚੀਜ਼ਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਨੂੰ ਦਿੱਤੀਆਂ ਨੇ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਕਿਉਂ ਖਾਲਸੇ ਕਾ ਦੀਦਾਰ? ਕਿਉਂ? ਖਾਲਸਾ ਗੁਰੂ ਕਾ ਰੂਪ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਕਿੱਥੇ ਰਹਿੰਦਾ ਹੈ ਗੁਰੂ, ਖਾਲਸੇ ਮੈਂ ਹੋਂ ਕਰੋ ਨਿਵਾਸ, ਖਾਲਸੇ ਵਿੱਚ ਨਿਵਾਸ ਕਰਦਾ ਮੈਂ।
ਇਹ ਮੇਰਾ ਟਿਕਾਣਾ ਹੈ, ਐਡਰੈਸ ਵੀ ਦੱਸਿਆ ਗੁਰੂ ਨੇ, ਟਿਕਾਣਾ ਵੀ ਦੱਸਿਆ, ਰੂਪ ਰੇਖਾ ਵੀ ਦੱਸੀ ਹੈ, ਨਿਸ਼ਾਨੀ ਵੀ ਦੱਸੀ ਹੈ। ਤਾਂ ਖਾਲਸਾ ਤਾਂ ਅਕਾਲ ਪੁਰਖ ਦਾ ਪੁਜਾਰੀ ਹੈ, ਸਮੇਂ ਦੀ ਤਾਂ ਸ਼ੁਭਕਾਮਨਾ ਦਿੰਦਾ ਸਾਰਿਆਂ ਨੂੰ। ਉਹ ਤਾਂ ਰੋਜ਼ ਦਿੰਦੇ ਹਾਂ ਅਸੀਂ, ਕੋਈ ਨਵੇਂ ਸਾਲ ਵਾਲੇ ਦਿਨ ਥੋੜ੍ਹੀ ਦੇਣਾ, ਰੋਜ਼ ਹੀ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਪ੍ਰਭਤ ਦਾ ਭਲਾ। ਹੋਰ ਸ਼ੁਭਕਾਮਨਾ ਕੀ ਹੁੰਦੀ, ਇਸੇ ਨੂੰ ਸ਼ੁਭਕਾਮਨਾ ਕਹਿੰਦੇ ਨੇ, ਤੇਰੇ ਬਾਣੇ ਸਰਬੱਤ ਦਾ ਭਲਾ। ਖਾਲਸਾ ਤਾਂ ਰੋਜ਼ ਇਸ ਤਰ੍ਹਾਂ ਕਹਿੰਦਾ, ਤੋ ਸਤਿਗੁਰੂ ਜੀ ਬਖਸ਼ਿਸ਼ ਕਰਨ, ਖਾਲਸਾ ਇਸੇ ਤਰ੍ਹਾਂ ਸ਼ੁਭਕਾਮਨਾ ਦਿੰਦਾ ਰਹੇ, ਔਰ ਸ਼ੁਭਕਾਮਨਾ ਜਿਹਨਾਂ ਨੂੰ ਮਿਲਦੀ ਰਹੇ ਉਹ ਸਤਸੰਗ ਵਿੱਚ ਜੁੜਦੇ ਰਹਿਣ, ਉਹ ਚੰਗੇ ਕੰਮ ਕਰਦੇ ਰਹਿਣ, ਔਰ ਚੰਗੇ ਕਾਰਜ ਕਰਕੇ ਆਪਣੇ ਆਪ ਨੂੰ ਨੀਵਾਂ ਸਦਾ ਕੇ, ਛੋਟਾ ਸਮਝ ਕੇ, ਉਸ ਮਾਲਕ ਦੀ ਬਖਸ਼ਿਸ਼ ਨੂੰ ਵੱਡਾ ਸਮਝ ਕੇ, ਜੋ ਕੁਛ ਕਰਦਾ ਹੇ ਮੇਰੇ ਮਾਲਕ ਤੂੰ ਕਰਾਇਆ, ਮੈਂ ਕੁਛ ਨਹੀਂ ਕੀਤਾ, ਮੈਂ ਕਿਸੇ ਜੋਗਾ ਨਹੀਂ, ਸਭ ਕੁਛ ਕਰਨ ਕਰਾਉਣ ਹਾਰ ਤੂੰ ਹੈ, ਇੰਨੇ ਵੱਡੇ ਵੱਡੇ ਕਾਰਜ ਕਰਕੇ ਗੁਰੂ ਨੇ ਸਾਨੂੰ ਸਿਖਾ ਦਿੱਤਾ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਈ, ਆਪੇ ਤਰਸ ਪਿਓਈ। ਗੁਰੂ ਨੇ ਮਰਿਆਦਾ ਸਿਖਾ ਦਿੱਤੀ ਸਾਨੂੰ, ਇਸ ਮਰਿਆਦਾ ਦੇ ਮੁਤਾਬਕ ਆਪਣਾ ਜੀਵਨ ਜੀਵਣਾ ਹੈ। ਪਹਿਲਾਂ ਭੁੱਲੇ ਰਹੇ ਹਾਂ, ਕੋਈ ਗੱਲ ਨਹੀਂ, ਨਵਾਂ ਸਮਾਂ ਸੰਭਾਲ ਕਰ ਲਈਏ, ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਤੁਸੀਂ ਆਖੋਗੇ ਕਿ ਅੱਜ ਮੈਨੂੰ ਮਹਿਸੂਸ ਹੋਇਆ ਹੈ ਕਿ ਮੈਂ ਅੱਜ ਗੁਰੂ ਦੀ ਗੋਦ ਵਿੱਚ ਬੈਠਾਂ, ਅਤੇ ਸਤਿਗੁਰੂ ਜੀ ਬਖਸ਼ਿਸ਼ ਕਰੇ ਤੁਸੀਂ ਸਾਰੇ ਗੁਰੂ ਦੀ ਗੋਦ ਦਾ ਆਨੰਦ ਅਤੇ ਨਿੱਘ ਮਾਣ ਸਕੋ। ਇੰਨੇ ਕੁ ਵਿਚਾਰ, ਇੰਨੀ ਕੁ ਸੇਵਾ ਪ੍ਰਵਾਨ ਕਰਨਾ ਰੋਜ਼ਾਨਾ 6:30 to 7 ਤੱਕ। ਇਹ ਆਸਾ ਜੀ ਕੀ ਵਾਰ ਦਾ ਜੋ ਪੌੜੀ ਮੈਂ ਸਰਵਣ ਕਰਾਈ ਹੈ, ਇਹ ਲੜੀਵਾਰ ਕਥਾ ਚੱਲ ਰਹੀ ਹੈ, ਅੱਗੇ ਲੜੀਵਾਰ ਕੰਟੀਨਿਊਸ ਰਹੇਗੀ। ਇਹਦਾ ਰੋਜ਼ ਦਾ ਸਮਾਂ ਹੈ ਸ਼ਨੀਵਾਰ, ਸ਼ੁੱਕਰਵਾਰ ਔਰ ਸ਼ਨੀਵਾਰ ਦੋ ਦਿਨ ਛੱਡ ਕੇ, ਬਾਕੀ 5 ਦਿਨ 6:30 to 7 ਤੱਕ, ਅੱਧਾ ਘੰਟਾ ਇੰਨੀ ਕੁ ਸੇਵਾ ਪ੍ਰਵਾਨ ਕਰਨਾ। ਨਵੇਂ ਸਾਲ ਦੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।